शोल्डर कर ले भाई साढ़े सत्रह हाथ ऊपर कीजिए अरे कीजिए ना <laughs> सीना लिख ले भाई पैतीस नहीं चौतीस चौतीस की पैंतीस सर थोड़ा फुलाइए 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 साढ़े चौतीस लिख ले हाँ बेटे पापा मैंने बैंकिंग का एग्जाम क्लियर कर लिया आता हूँ बेटा सीना चालीस कर दो हैं जिम ज्वाइन कर लिया है बेटे ने अड्डा ट्वेंटी फोर सेवन ज्वाइन किया और बैंकिंग एग्जाम क्लियर किया अब जब बच्चे तरक्की करते हैं न, तो ना तो बाप का सीना तो चौड़ा हो ही जाता है अड्डा की एक्सपर्ट एंड फैकल्टी और क्वालिटी एजुकेशन से आप तैयार होते हैं बैंकिंग टीचिंग एस एस सी जैसे अनेक कम्पिटेटिव एग्जाम को क्लियर करने के लिए और एक अच्छा करियर बनाने के लिए अड्डा ट्वेंटी फोर सेवन जॉब है तो रॉब है हाय ਸਸਿਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਲੈਕਚਰ ਦੇ ਵਿੱਚ ਜਿਹਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ ਇੰਡੀਅਨ ਫਰੀडम ਸਟਰਗਲ ਯਾਨੀ ਕਿ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਉੱਪਰ 1000 ਐਮਸੀਕਿਊਜ਼ ਲਈ ਇਹ ਪੀਪੀਐਸਸੀ ਤੇ ਪੀ ਟ੍ਰਿਪਲ ਐਸ ਵੀ ਦੋਨਾਂ ਲਈ ਬਹੁਤ ਜ਼ਿਆਦਾ ਯੂਸਫੁਲ ਹੈ ਤੁਸੀਂ ਇਸ ਸੀਰੀਜ਼ ਨੂੰ ਵਾਚ ਕਰ ਸਕਦੇ ਹੈਗੇ ਹੋ ਤੇ ਚਲੋ ਅੱਜ ਦਾ ਜਿਹੜਾ ਲੈਕਚਰ ਹੈਗਾ ਉਹ ਸਟਾਰਟ ਕਰਦੇ ਹਾਂ ਜਲਦੀ ਨਾਲ ਸਾਰੇ ਦੱਸੋ ਮੇਰੀ ਵੌਇਸ ਤੁਹਾਨੂੰ ਆਡੀਬਲ ਹੈਗੀ ਹੈ ਮੈਂ ਪੂਰੀ ਕਲੀਅਰਲੀ ਵਿਜ਼ੀਬਲ ਹੈਗੀ ਹੈ ਤੇ ਮੈਂ ਸੈਸ਼ਨ ਨੂੰ ਸਟਾਰਟ ਕਰਦੀ ਹਾਂ ਸਸਿਕਾਲ ਸਾਰਿਆਂ ਨੂੰ ਕਿਦਾਂ ਹੋ ਤੁਸੀਂ ਸਾਰੇ ਸੌਰੀ ਕੱਲ ਲੈਕਚਰ ਨਹੀਂ ਲੈ ਪਾਈ ਅੱਜ ਜੀ ਕਰ ਸਟਾਰਟ ਕਰਦੇ ਹਾਂ ਗੁੱਡ ਆਫਟਰਨੂੰ ਰੁਪਿੰਦਰ ਕੌਰ ਸੰਧੂ ਹਾਂਜੀ ਬੱਚਾ ਆਮ ਆਈ ਵਿਜ਼ੀਬਲ ਗਾਈਸ ਸਾਰਿਆਂ ਨੂੰ ਮੈਂ ਵਿਜ਼ੀਬਲ ਹੈਗੀ ਹਾਂ ਗੁੱਡ ਆਫਟਰਨੂੰ ਜੀ ਗੁੱਡ ਆਫਟਰਨੂੰ ਹਾਂਜੀ ਸਟਾਰਟ ਕਰੀਏ ਬੱਚਾ ਸੀਰੀਜ਼ ਨੂੰ ਓਕੇ ਹਾਂਜੀ ਪਹਿਲਾ ਕੁਸ਼ਣ ਤੁਹਾਡੇ ਸਾਹਮਣੇ ਆਉਂਦਾ ਹੈ ਜਲਦੀ ਨਾਲ ਇਸ ਕੁਸ਼ਣ ਨੂੰ ਸੋਲਵ ਕਰੋ ਆਈ ਹੋਪ ਤੁਹਾਨੂੰ ਵਿਜ਼ੀਬਲ ਹੋਏਗਾ ਕੁਸ਼ਣ ਬਹੁਤ ਵਧੀਆ ਤਰੀਕੇ ਨਾਲ ਕਵੈਸਚਨ ਕਹਿੰਦਾ ਹੈ ਕਿ ਜਦੋਂ ਆਪਾਂ ਪਰਮਨੈਂਟ ਸੈਟਲਮੈਂਟ ਸਿਸਟਮ ਦੇ ਬਾਰੇ ਗੱਲ ਕਰਦੇ ਆਂ ਆਫ ਰੈਵਨਿਊ ਕਲੈਕਸ਼ਨ ਵਾਸ ਇੰਟਰੋਡਿਊਸਡ ਇਨ ਇੰਡੀਆ ਬਾਏ ਹਾਂਜੀ ਸਟਾਈ ਬੰਦੋਬਸਤ ਜਿਹੜਾ ਹੈਗਾ ਵਾ ਇਹ ਕਿੱਥੇ ਤੁਹਾਡਾ ਕਿਹਦੇ ਦੁਆਰਾ ਇੰਟਰੋਡਿਊਸ ਜਿਹੜਾ ਕੀਤਾ ਗਿਆ ਬਹੁਤ ਵਾਰ ਅਸੀਂ ਇਹ ਕਵੈਸਚਨ ਕੀਤਾ ਵੀ ਹੋਇਆ ਦੇਖੋ ਇਹ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਅੰਗਰੇਜ਼ ਸੀਗੇ ਜਿਵੇਂ ਈਸਟ ਇੰਡੀਆ ਕੰਪਨੀ ਜਿਹਨੂੰ ਆਪਾਂ ਕਹਿੰਦੇ ਆ ਇਹ ਭਾਰਤ ਦੇ ਜਿਹੜੇ ਪੀਜ਼ਨਸ ਹੁੰਦੇ ਆ ਜਿਹਨੂੰ ਆਪਾਂ ਫਾਰਮਰਸ ਕਹਿੰਦੇ ਆ ਉਹਨਾਂ ਤੋਂ ਕੀ ਲੈਂਦੇ ਹੁੰਦੇ ਸੀਗੇ ਤੁਹਾਡੇ ਰੈਵਨਿਊ ਲੈਂਦੇ ਹੁੰ ਜ਼ਮੀਦਾਰ ਬਸਨੋਂ ਉਹਨਾਂ ਦੇ ਜਿਹੜੇ ਠੇਕੇਦਾਰ ਹੁੰਦੇ ਸੀ ਬਹੁਤ ਜ਼ਿਆਦਾ ਅਮੀਰ ਹੁੰਦੇ ਸੀਗੇ ਉਹ ਫਾਰਮਰਸ ਦਾ ਜ਼ਿਆਦਾ ਤੋਂ ਜ਼ਿਆਦਾ ਪੈਸਾ ਆਪਣੇ ਕੋਲ 락 ਕਰ ਦਿੰਦੇ ਸੀ ਈਸਟ ਇੰਡੀਆ ਕੰਪਨੀ ਕੋਲ ਕਟ ਪੇਜੇ ਸੀਗੇ ਤਾਂ ਈਸਟ ਇੰਡੀਆ ਕੰਪਨੀ ਦਾ ਜਿਹੜਾ ਰੈਵਨਿਊ ਹੈ ਥੱਲੇ ਜਾਂਦਾ ਜਾਂਦਾ ਪਿਆ ਸੀ ਤਾਂ ਇਹ ਕਰ ਕਰਕੇ ਪਰਮਨੈਂਟ ਸੈਟਲਮੈਂਟ ਸਿਸਟਮ ਜਿਹੜਾ ਹੈ ਇੰਟਰੋਡਿਊਸ ਕੀਤਾ ਗਿਆ ਇਸ ਨੂੰ ਇੰਟਰੋਡਿਊਸ ਕੀਤਾ ਗਿਆ ਲਾਰਡ ਕੌਨ ਵਾਲਿਸਨ ਵਾਲਿਸ ਨੇ ਇਹਨੂੰ ਇੰਟਰੋਡਿਊਸ ਕਰਦੋ ਕੀਤਾ ਸੀਗਾ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ 1793 ਦੇ ਵਿੱਚ 1793 ਦੇ ਵਿੱਚ ਇਹਨੂੰ ਇੰਟਰੋਡਿਊਸ ਕਰਦੇ ਹੈਗੇ ਜਿਹਦੇ ਵਿੱਚ ਕੀ ਹੁੰਦਾ ਕਿੱਥ ਬਿਹਾਰ ਉੜੀਸਾ ਤਿੰਨ ਜਗ੍ਹਾ ਠੀਕ ਹੈ ਇੰਟਰੋਡਿਊਸ ਕੀਤਾ ਜਾਂਦਾ ਜ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਇਹਨੇ ਪੂਰੇ ਪੈਸੇ ਤਾ ਨੂੰ ਦੇਣੇ ਹੀ ਪੈਣਗੇ ਤੇ ਲਾਰਡ ਕਾਨ ਵਾਲੇ ਸੀਗੇ ਈਸਟ ਇੰਡੀਆ ਕੰਪਨੀ ਦੇ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀਗਾ 1793 ਦੇ ਵਿੱਚ ਕਿੱਥੇ ਬੰਗਾਲ ਦੇ ਵਿੱਚ ਅਗਲਾ ਕੁਐਸਚਨ ਬੱਚਾ ਕਰਦੇ ਆ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਆਉਂਦਾ ਹੈ ਜਲਦੀ ਨਾਲ ਇਸ ਨੂੰ ਸੋਲਵ ਕਰੋ ਹੂ ਵਾਸ ਅ ਫਰਸਟ ਊਮਨ ਪ੍ਰੈਜ਼ੀਡੈਂਟ ਆਫ ਕਾਂਗਰਸ ਹਾਂਜੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਕੌਣ ਸੀਗੀ অপশন ਦਿੱਤੇ ਗਏ ਨੇ ਐਨੀ ਬੇਸੰ ਸਰੋਜੀ ਨੇਡੂ ਆ ਨੀਲੀ ਸੇਨ ਗੁਪਤਾ ਜਾਂ ਅਰੁਨਾ ਅਸਫ ali अगेन अ वेरी ਇੰਪੋਰਟੈਂਟ ਕੁਐਸਚਨ ਮੈਂ ਥੋੜਾ ਜਿਹਾ ਜ਼ੂਮ ਕਰ ਦੇਣੀ ਆ ਜੇ ਤੁਹਾਨੂੰ ਦਿੱਕਤ ਆ ਰਹੀ ਏ ਹਾਂਜੀ ਦਿੱਕਤ ਤਾਂ ਨਹੀਂ ਆ ਰਹੀ ਦੇਖਣ ਚ ਕਲੀਅਰ ਹੈ ਵਿਜ਼ੀਬਲ ਹੈ ਜਲਦੀ ਨਾਲ ਸੋਲਵ ਕਰੋ ਇਹਨੂੰ ਵੀ ਹਾਂਜੀ अगेन ਆ ਵੈਰੀ ਇੰਪੋਰਟੈਂਟ ਕੁਐਸਚਨ ਬਚਾ ਕੀ ਆਨਸਰ ਆਏਗਾ who was the first president of the indian national congress It's a very easy question dekho bachcha first woman puchha gaya agar first indian woman puchha janda ta sarojini naidu aandi but first woman puchha gaya ta kon aayega miss eni besant eni besant jodi hai 1917 so de vich bani si session de vich te agar assi gal kari 1917 so de vich inade dwara home rule movement vi jada hai chalaya gaya sega te important question aa janda hai eni besant jodi si a prominent british socialist thi theosophist thi women uh, right activist si gi te Uh, अगर अं गल करिए उन्नीस सौ सतारा के नैशनल कांग्रेस कलकत्ता सैशन पहली महिला जी है बनती हैगी वूमेन प्रेजेंट ओके नैक्सट क्वेश्चन बच्चा देखो अगला क्वेश्चन थोड़ा जो जूम कर दी ताकि तुम अच्छे नाल विजिबल हो वे। लगाओ भी आई राइट आंसर क्या आएगा क्वेश्चन कहें कि जो टी एट वाज बाटिड बिकॉज ਸਾਈਮਨ ਕਮਿਸ਼ਨ ਜੋ ਫਰਵਰੀ 1928 ਦੇ ਵਿੱਚ ਭਾਰਤ ਦੇ ਵਿੱਚ ਆਇਆ ਸੀ ਇਹਨੂੰ ਬਾਈਕਾਟ ਕੀਤਾ ਗਿਆ ਸੀ ਕਿਉਂ ਕਿ ਇਹਦੇ ਸਾਰੇ ਮੈਂਬਰਸ ਜਿਹੜੇ ਸੀ ਇੰਗਲਿਸ਼ਮੈਨ ਸੀ ਇਹਦੇ ਸਾਰੇ ਜਿਹੜੇ ਮੈਂਬਰ ਸੀ ਅੰਗਰੇਜ਼ ਸਨ ਐਟ ਦ ਟਾਈਮ ਆ ਲਾਰਜ ਨੰਬਰ ਆਫ ਨੈਸ਼ਨਲ ਲੀਡਰ ਲੀਡਰਸ ਵਾਰ ਆਪ ਪ੍ਰੀਜ਼ਨ ਠੀਕ ਹੈ ਦਾ ਚੇਅਰਮੈਨ ਸਰ ਜான் ਸਾਈਮਨ ਵਾਸ ਵੈਰੀ ਅਨਪਪੂਲਰ ਯਾ ਉਸ ਵਕਤ ਜਿਹੜੇ ਹੈ ਮੌਂਟਗੇਕ ਕੈਮਸਨ ਰਿਫਾਰਮਸ ਜਿਹੜੇ ਹੈ ਫੇਲ ਹੋ ਗਏ ਸੀ ਭਾਰਤ ਦੇ ਵਿੱਚ ਸਾਈਮਨ ਕਮਿਸ਼ਨ ਕਦੋਂ ਆਉਂਦਾ ਹੈ ਸਾਈਮਨ ਕਮਿਸ਼ਨ ਨੂੰ ਫਾਰਮਡ ਕੀਤਾ ਜਾਂਦਾ ਹੈ 1927 ਦੇ ਵਿੱਚ ਤੇ ਭਾਰਤ ਦੇ ਵਿੱਚ ਕਦੋਂ ਆਉਂਦਾ ਹੈ 1928 ਦੇ ਵਿੱਚ ਇਸ ਨੂੰ ਬਾਈਕਾਟ ਕੀਤਾ ਗਿਆ ਸੀ ਗੋ ਸਾਈਮਨ ਬੈਗ ਦੇ ਨਾਰੇ ਲਗਾਏ ਗਏ ਸੀ ਕਿਉਂਕਿ ਸਾਰੇ ਦੇ ਸਾਰੇ ਤੁਹਾਡੇ ਇੰਗਲਿਸ਼ ਪਰਸਨ ਸੀ ਕੋਈ ਵੀ ਇਹਦੇ ਵਿੱਚ ਇੰਡੀਅਨ ਨਹੀਂ ਸੀਗਾ ਤਾਂ ਆਪਾਂ ਕਹਿੰਦੇ ਇੱਕ ਤਰੀਕੇ ਦੀ ਇਹ ਸਟੈਚੂਟਰੀ ਕਮਿਸ਼ਨ ਸੀਗੀ ਜਿਹਦੇ ਵਿੱਚ 7 ਬ੍ਰਿਟਿਸ਼ਰ ਮੈਂਬਰ ਹੁੰਦੇ ਨੇ ਪਾਰਲੀਮੈਂਟ ਦੇ 1927 ਦੇ ਵਿੱਚ ਇਹਨੂੰ ਕਨਸਟੀਟਿਊਸ਼ਨਲ ਰਿਫਾਰਮ ਜਿਹੜੇ ਇੰਡੀਆ ਦੇ ਵਿੱਚ ਬਣਾਉਣ ਲਈ ਭੇਜਿਆ ਜਾਂਦਾ ਹੈਗਾ ਬਟ 1928 ਦੇ ਵਿੱਚ ਜਦੋਂ ਇਹ ਭਾਰਤ ਦੇ ਵਿੱਚ ਆਂਦੀ ਹੈ ਕੋਈ ਵੈਂਡ ਨਾ ਹੋਣ ਕਰਕੇ ਇਸ a ਬਾਇਕਾਟ ਕੀਤਾ ਜਾਂਦਾ ਤੇ ਗੋ ਸਾਈਮਨ ਬੈਗ ਦੇ ਨੈਕਸਟ ਕੁਐਸਚਨ ਤੁਹਾਡੇ ਸਾਹਮਣੇ ਆਉਂਦਾ ਹੈ ਜਲਦੀ ਨਾਲ ਇਸ ਨੂੰ ਸੋਲਵ ਕਰੋ yes very good very good ਸਾਰੇ ਅੱਛੇ ਆਨਸਰ ਦੇ ਰਹੇ ਹੋ ਅਗਲਾ ਕੁਐਸਚਨ ਬੱਚਾ ਕੁਐਸਚਨ ਕਹਿੰਦਾ ਹੈ ਹੂ ਵਾਸ a ਚੇਅਰਮੈਨ ਆਫ ਦਾ ਪਾਰਟੀਸ਼ਨ ਕੌਂਸਲ ਪਾਰਟੀਸ਼ਨ ਕੌਂਸਲ ਦੇ ਚੇਅਰਮੈਨ ਕੌਣ ਸੀ ਆਪਸ਼ਨ ਦਿੱਤੇ ਗਏ ਨੇ ਐਮ ਐ ਜਿੰਨਾ ਲਾਰਡ ਮਾਉਂਟ ਬੈਟਨ ਜਵਾਹਰ ਲਾਲ ਨਹਿਰੂ ਵੀ ਪੀ ਮੈਨਨ who was a chairman of partition council partition council de chairman kon sige lord mount batten sige beta jadon partition council committee formed hundi hai de chairman kon karde ne lord mount batten theek hai de members hor kon kon hunde ne jive vallabhbhai patel ho gaya jina nu sardar vallabhbhai patel vi kehne ha dr rajendra prasad ho gaye jo sade permanent member vi sige ਠੀਕ ਹੈ ਹਾਂਜੀ ਬਿਲਕੁਲ ਸਹੀ ਹੈ ਤੁਹਾਡਾ ਇੱਕ ਵਾਰ ਇਹਦੀ ਡਿਟੇਲ ਜਾਣ ਲੈਣੀ ਹੈ ਕਿਉਂਕਿ ਇਹਦੇ ਉੱਪਰ ਕੁਐਸਚਨ ਜੜੇ ਬਣ ਜਾਂਦੇ ਨੇ ਜਦੋਂ ਬਿਫੋਰ ਦਾ ਪਾਰਟੀਸ਼ਨ ਕੌਂਸਲਿੰਗ ਪਾਰਟੀਸ਼ਨ ਕਮੇਟੀ ਜਿਹੜੀ ਇਹ ਫਾਰਮਡ ਕੀਤੀ ਗਈ ਸੀਗੀ ਜਿਹਨੂੰ ਚੇਅਰਡ ਕੀਤਾ ਗਿਆ ਸੀ ਕਿਹਦੇ ਦੁਆਰਾ ਲਾਰਡ ਮਾਉਂਟ ਬੈਟਨ ਦੇ ਦੁਆਰਾ ਤੇ ਇਹਦੇ ਮੈਂਬਰ ਸੀਗੇ ਜਿਵੇਂ ਕਿ ਵੱਲਾ ਭਾਈ ਪਟੇਲ ਡਾਕਟਰ ਰਜਿੰਦਰ ਪ੍ਰਸਾਦ ਲਿਆਕਤ ਅਲੀ ਖਾਨ ਅਬਦੁਰਰਮ ਨਿਸ਼ਾਦ लेटर ਇਸ ਕਮੇਟੀ ਨੂੰ ਪਾਰਟੀਸ਼ਲ ਕੌਂਸਲ ਦੇ ਦੁਆਰਾ ਰਿਪਲੇਸ ਕੀਤਾ ਗਿਆ ਸੀ। ਉਹਨਾਂ ਇਸ ਕੌਂਸਲ ਦੇ ਵਿੱਚ ਕਾਂਗਰਸ ਦੇ ਵੀ ਮੈਂਬਰ ਸੀਗੇ ਜਿਵੇਂ ਕਿ ਸਰਦਾਰ ਪਟੇਲ, ਡਾਕਟਰ ਰਜਿੰਦਰ ਪ੍ਰਸਾਦ, ਸੀਰੋ ਰਾਜਾ ਕੋਪਾਲਚਾਰੀ, ਇਵਨ ਲੀ ਮੁਸਲਿਮ ਲੀਗ ਦੇ ਵੀ ਮੈਂਬਰ ਸੀਗੇ। ਮੁਹੰਮਦ ਅਲੀ ਜੈਨਾ ਜੋ ਮੁਸਲਮਾਨਸ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ, ਲਿਆਕਤ ਅਲੀ ਖਾਨ, ਅਬਦੁਰ ਰਮ ਨਿਸ਼ਤਰ ਇਹ ਅਲਟਰਨੇਟਿਵ ਮੈਂਬਰ ਸੀ। 15 ਅਗਸਤ 1947 ਨੂੰ ਇਸ ਪਾਰਟੀਸ਼ਨ ਕੌਂਸਲ ਜਿਹੜੀ ਐ ਐਗਜ਼ਿਸਟੈਂਟ ਦੇ ਵਿੱਚ ਹੁੰਦੀ ਹੈ ਤੇ ਅਗਰ ਅਸੀਂ ਕਹਾਂ ਇਹ ਪਾਰਟੀਸ਼ਨ ਕੌਂਸਲ ਹੈਡ ਦਾ ਗਵਰਨਰ ਜਨਰਲ ਐਕਟਸ ਚ ਚੇਅਰਮੈਨ ਜੋ ਤੁਹਾਡੇ ਮਾਊਂਟ ਬੈਟਨ ਹੁੰਦੇ ਨੇ ਤੇ ਇੱਥੇ ਤੁਹਾਡਾ ਪਾਰਟੀਸ਼ਨ ਜਿਹੜਾ ਹੈ ਭਾਰਤ ਦੇ ਵਿੱਚ ਹੁੰਦਾ ਜਿਹੜਾ ਪਾਕਿਸਤਾਨ ਆਪਾਂ ਕਹਿੰਦੇ ਆ ਨਾ ਪਾਰਟੀਸ਼ਨ ਹੋਇਆ ਸੀ ਕੋਈ ਵਾਲਾ ਓਕੇ ਨੈਕਸਟ ਕੁਐਸਚਨ ਬੱਚਾ ਆਂਦਾ ਹੈ ਅਗਲਾ ਕੁਐਸਚਨ ਦੇਖੋ ਬਹੁਤ ਹੀ ਅੱਛਾ ਕੁਐਸਚਨ ਕੁਐਸਚਨ ਕਹਿੰਦਾ ਹੈ ਕਿ ਜਦੋਂ ਆਪਾਂ ਗਾਂਧੀ ਜੀ ਦੇ ਬਾਰੇ ਗੱਲ ਕਰਦੇ ਆ ਗਾਂਧੀ ਜੀ ਨੂੰ ਇਨਸਪੀਰੇਸ਼ਨ ਮਿਲੀ ਸੀਗੀ ਸਿਵਲ ਡਿਸਓਬ ਹਾਂਜੀ ਹੈਨਰੀ ਡੇਵਿਡ ਥੋਰੋ ਡੇਵਿਡ ਰିକਾਰਡੋ ਹੈਨਰੀ ਕੀਸਿੰਗਰ ਜਾਂ ਬਰਟਲੈਂਡ ਰੂਸੇ ਹਾਂਜੀ ਗਾਂਧੀ ਜੀ ਨੂੰ ਸਿਵਲ ਡਿਸੋਬਿਡੈਂਸ ਮੂਵਮੈਂਟ ਦੀ ਕਿੱਥੋਂ ਇਨਸਿਬਿਲੇਸ਼ਨ ਜੜੀ ਆ ਮਿਲੀ ਸੀਗੀ ਦੇਖੋ ਸਭ ਤੋਂ ਪਹਿਲਾਂ ਗਾਂਧੀ ਜੀ ਦੇ ਬਾਰੇ ਗੱਲ ਕਰੀਏ ਸਿਵਲ ਡਿਸੋਬਿਡੈਂਸ ਮੂਵਮੈਂਟ ਇਹ ਕੋਹ ਦਾ ਨਾਨ ਕੋਆਪਰੇਸ਼ਨ ਮੂਵਮੈਂਟ ਨਾਨ ਕੋਆਪਰੇਸ਼ਨ ਮੂਵਮੈਂਟ ਗਾਂਧੀ ਜੀ ਦੇ ਦੁਆਰਾ 1919 ਯਾ ਭਾ ਕੇ ਨੇ 1920 ਦੇ ਵਿੱਚ ਲਾਂਚ ਕੀਤਾ ਗਿਆ ਬਟ ਜਦੋਂ ਆਪਾਂ ਸਿਵਲ ਡਿਸੋਬਿਡੈਂਸ ਮੂਵਮੈਂਟ ਦੇ ਬਾਰੇ ਗੱਲ ਕਰਦੇ ਹਾਂ 1930 ਦੇ ਵਿੱਚ ਇਹਨੂੰ ਲਾਂਚ ਕੀਤਾ ਗਿਆ ਸੀ ਤਾਂ ਹੀ ਤਾਂ ਜਿਹੜਾ ਸੋਲਟ ਸੱਤੈਗੜਾ ਚੱਲਿਆ ਸੀ 12 ਮਾਰਚ 1930 ਦੇ ਵਿੱਚ ਸਿਵਲ ਡਿਸੋਬਿਡੈਂਸ ਮੂਵਮੈਂਟ ਮਤਲਬ ਕੀ ਹੁੰਦਾ ਹੈ ਜਦੋਂ ਇੱਕ ਇੰਡੀਵਿਜੂਅਲ ਜਿਹੜੇ ਹੁੰਦੇ ਨੇ ਜਿਹੜੇ ਰਹਿ ਰਹੇ ਹੁੰਦੇ ਨੇ ਉਹ ਤੁਹਾਡੇ ਬਿਲਕੁਲ ਮਨਾ ਕਰ ਦਿੰਦੇ ਨੇ ਲਾਅ ਐਂਡ ਆਰਡਰ ਮੰਨਣ ਲਈ ਉਹ ਲਾਅ ਐਂਡ ਆਰਡਰ ਨੂੰ ਜਿਹੜਾ ਹੈ ਖਾਰਿਜ ਕਰਦੇ ਨੇ ਤੇ ਹੈਨਰੀ ਡੇਵਿਡ ਥੋਰੋ ਦੇ ਦੁਆਰਾ ਇੱਕ ਐਸੇਜ਼ ਲਿਖੇ ਗਏ ਸੀ ਜਿਦੇ ਵਿੱਚ ਸਿਵਲ ਡਿਸੋਬਿਡੈਂਸ ਮੂਵਮੈਂਟ ਦੇ ਬਾਰੇ ठीक है एदा मतलब ਹੁੰਦਾ ਰਿਸਿਸਟੈਂਟ ਟੂ ਦਾ ਸਿਵਲ ਗਵਰਨਮੈਂਟ ਇੱਕ ਅਮਰੀਕਨ ਸੀਗੇ ਇਹਨਾਂ ਦੇ ਜਿਹੜੇ ਐਸਐਸ ਪੜ੍ਹ ਕੇ ਗਾਂਧੀ ਜੀ ਨੂੰ ਜਿਹੜਾ ਇਨਸਪੀਰੇਸ਼ਨ ਮਿਲੀ ਸੀਗੀ ਤਾਂ ਕਰਕੇ ਗਾਂਧੀ ਜੀ ਨੇ ਸਿਵਲ ਡਿਸਓਬਿਡੈਂਸ ਮੂਵਮੈਂਟ ਜਿਹੜਾ ਹੈ ਉਹ ਭਾਰਤ ਦੇ ਵਿੱਚ ਲਾਂਚ ਕੀਤਾ ਰਾਈਟ ਅਗਲਾ ਕੁਐਸਚਨ ਬੱਚਾ ਕਰਦੇ ਆ ਨੈਕਸਟ ਕੁਐਸਚਨ ਦੀ ਔਰ ਆਜੋ ਹਾਂਜੀ ਦਾ ਆਈਡੀਆ ਆਫ ਪਾਕਿਸਤਾਨ ਵਾਸ ਫਰਸਟ ਕਨਸੀਵਡ ਬਾਈ ਪਾਕਿਸਤਾਨ ਦਾ ਵਿਚਾਰ ਸਭ ਤੋਂ ਪਹਿਲਾਂ ਕਿਸ ਦੁਆਰਾ ਲਿਆਇਆ ਗਿਆ ਸੀ ਮੁਹੰਮਦ ਇਕਬਾਲ ਐਮ ਜਿੰਨਾ ਸ਼ੌਕਤ ਅਲੀ ਆਗਾ ਖਾਨ लगाओ भी राइट आंसर अगेन आ वेरी इंपॉर्टेंट क्वेश्चन बच्चा की आंसर आएगा कि पाकिस्तान का पहला आइडिया कि द्वारा कंसीव किया गया वेरी गुड इंद्रपाल सिंह मजा आ गया हाँ जी चौथा आंसर नहीं बच्चा चौथा आंसर नहीं है हाँ जी अटैम्प्ट करो कोई गल नहीं गलत होंगे होन दो ਜਿੰਨੇ ਗਲਤ ਹੋਣਗੇ ਉਹਨਾਂ ਬੈਨੀਫਿਟ ਤੁਹਾਨੂੰ ਮਿਲੇਗਾ ਕਿਉਂਕਿ ਤੁਸੀਂ ਅਟੈਂਪਟ ਕਰੋਗੇ ਤਾਂ ਕਰਕੇ ਤੁਹਾਡੇ ਜਿਹੜੇ ਹੈ ਕੁਐਸ਼ਨਸ ਅਟੈਂਪਟ ਜਿੰਨੇ ਜ਼ਿਆਦਾ ਹੋਣਗੇ ਉਹਨੇ ਜ਼ਿਆਦਾ ਜਿਹੜੇ ਹੈ ਤੁਹਾਨੂੰ ਆਈਡੀਆ ਜਿਹੜਾ ਮਿਲੇਗਾ ਕਿ ਮੈਂ ਕਿੱਥੇ-ਕਿੱਥੇ ਗਲਤੀ ਜਿਹੜੀ ਹੈ ਕਰਦਾ ਅੰਜ ਕੀ ਆਨਸਰ ਆਏਗਾ ਬੱਚਾ yes ਐਮ ਇਹ ਜਿੰਨਾ ਨਹੀਂ ਬੱਚਾ ਐਮ ਇਹ ਜਿੰਨਾ ਨਹੀਂ ਸੀਗਾ ਉਹਨਾਂ ਦਾ ਨਾਮ ਸੀਗਾ ਮੁਹੰਮਦ ਇਕਬਾਲ ਠੀਕ ਹੈ ਮੁਹੰਮਦ ਇਕਬਾਲ ਇਹਨਾਂ ਨੇ ਆਈਡੀਆ ਜਿਹੜਾ ਸੀਗਾ ਉਹ ਪਾਕਿਸਤਾਨ ਦਾ ਫਰਸਟ ਕਨਸਿਪਟ ਕੀਤਾ ਸੀ ਮੁਹੰਮਦ ਹੁਣ ਆਪਾਂ ਗੱਲ ਕਰਦੇ ਹਾਂ ਮੁਹੰਮਦ ਇਕਬਾਲ ਸੀਗੇ ਕੌਣ ਮੁਹੰਮਦ ਇਕਬਾਲ ਇੱਕ ਤਰੀਕੇ ਦੇ ਫਿਲਾਸਫਰ ਸੀਗੇ ਪੋਏਟ ਸੀਗੇ ਪੋਲੀਟੀਸ਼ੀਅਨ ਸੀਗੇ ਬ੍ਰਿਟਿਸ਼ ਇੰਡੀਆ ਦੇ ਵਕਤ ਠੀਕ ਹੈ ਇਹਨਾਂ ਨੂੰ ਕਾਫੀ ਜ਼ਿਆਦਾ ਇਨਸਪਾਇਰਡ ਹੋਇਆ ਸੀ ਪਾਕਿਸਤਾਨ ਮੂਵਮੈਂਟ ਇਹਨਾਂ ਨੇ ਕਹਾ ਸੀਗਾ ਕਿ ਸਾਡਾ ਇੱਕ ਸੈਪਰੇਸ਼ਨ ਫੈਡਰੇਸ਼ਨ ਆਫ ਮੁਸਲਿਮ ਹੋਣਾ ਚਾਹੀਦਾ ਠੀਕ ਹੈ ਜਿੱਥੇ ਤੁਹਾਡੇ ਮੁਸਲਿਮ ਸੀ ਅਲੱਗ ਕਨਸਟੀਟਿਊਸ਼ਨਸ ਵਗੈਰਾ ਬਣੇ ਇੱਕ ਅਲੱਗ ਦੇਸ਼ ਬਣੇ ਤੇ ਮੁਹੰਮਦ ਇਕਬਾਲ ਦੇ ਦੁਆਰਾ ਜਿਹੜਾ ਪਾਕਿਸਤਾਨ ਦਾ ਆਈਡੀਆ ਹੈਗਾ ਵਾ ਉਹ ਤੁਹਾਡਾ ਲੈ ਕੇ ਆਇਆ ਗਿਆ ਸੀਗਾ ओके नेक्स्ट ਬਚਾ ਕੁਸ਼ਨ ਕਰਦੇ ਆਂ ਅਗਲੇ ਕੁਸ਼ਨ ਦੀ ਹੋਰ ਹੂ ਇਜ਼ ਜਨਰਲੀ ਐਕਨੋਲਜਡ ਐਜ਼ ਆ ਫਰਸਟ ਪਾਇਨਰ ਆਫ ਦਾ ਲੋਕਲ ਸੈਲਫ ਗਵਰਨਮੈਂਟ ਇਨ ਮਾਡਰਨ ਇੰਡੀਆ ਹਾਂਜੀ ਹੂ ਇਜ਼ ਜਨਰਲੀ ਐਕਨੋਲਜਡ ਐਜ਼ ਆ ਪਾਇਨਰ ਆਫ ਲੋਕਲ ਸੈਲਫ ਗਵਰਨਮੈਂਟ ਇਨ ਮਾਡਰਨ ਇੰਡੀਆ ਆਪਸ਼ਨ ਦਿੱਤੇ ਗਏ ਨੇ ਰਿਪਨ ਮਾਇਓ ਲਿਲਟਨ ਯਾਕਰਜ਼ਨ ਅਗੇਨ ਅ ਵੈਰੀ ਇੰਪੋਰਟੈਂਟ ਕੁਸ਼ਨ ਇਹਨਾਂ ਵਿੱਚੋਂ ਕੌਣ ਹੈਗਾ ਜਿਨਾਂ ਨੂੰ ਐਜ਼ ਆ ਲੋਕਲ ਸੈਲਫ ਗਵਰਨਮੈਂਟ ਦਾ ਮਾਡਰਨ ਇੰਡੀਆ ਦੇ ਵਿੱਚ ਬੋਲਿਆ ਜਾਂਦਾ ਹੈਗਾ ਫਾਦਰ ਪੁੱਛਿਆ ਗਿਆਗਾ ਕਿਉਂ ਬੋਲਿਆ ਜਾਂਦਾ ਕਿਉਂਕਿ 18 ਮਈ 1882 ਦੇ ਵਿੱਚ ਬੱਚਾ 18 ਮਈ 1882 ਦੇ ਵਿੱਚ ਇਹਨਾਂ ਨੇ ਮੈਗਨਾ ਕਾਰਟ ਆਫ ਗਵਰਨਮੈਂਟ ਕੱਢਿਆ ਸੀਗਾ ਤੇ ਇਹਨਾਂ ਨੇ ਲੋਕਲ ਸੈਲਫ ਗਵਰਨਮੈਂਟ ਲਈ ਕਾਫੀ ਜ਼ਿਆਦਾ ਕੰਮ ਕੀਤਾ ਉੱਥੋਂ ਦਾ ਇਹਨਾਂ ਨੂੰ ਫਾਦਰ ਆਫ ਲੋਕਲ ਸੈਲਫ ਗਵਰਨਮੈਂਟ ਜਿਹੜਾ ਹੈ ਕਿਹਾ ਗਿਆ ਲਾਰਡ ਰਿਪਨ ਵਿਲ ਬੀ ਦਾ ਰਾਈਟ ਆਨਸਰ ਲਾਰਡ ਲਿਲਟਨ ਨੂੰ ਕਿਸ ਲਈ ਜਾਣਿਆ ਜਾਂਦਾ ਹੈ ਵੈਨਕੂਲਰ ਪ੍ਰੈਸ ਐਕਟ ਲਈ ਵੈਨਕੂਲਰ ਪ੍ਰੈਸ ਐਕਟ ਲਈ ਇਹਨਾਂ ਨੇ ਪ੍ਰੈਸ ਐਕਟ ਜਿਹੜਾ ਪਾਸ ਕੀਤਾ ਸੀਗਾ ਲਾਰਡ ਰਿਪਨ ਨੇ ਵੈਨਿਕੂਲਰ ਪ੍ਰੈਸ ਐਕਟ ਨੂੰ ਖਾਰਜ ਕੀਤਾ ਸੀਗਾ ਲਾਰਡ ਕਜ਼ਨ ਨੂੰ ਕਿਸ ਲਈ ਜਾਣਿਆ ਜਾਂਦਾ ਬੰਗਾਲ ਦੇ ਵਿਭਾਜਨ ਲਈ ਜਦੋਂ 1905 ਦੇ ਵਿੱਚ ਬੰਗਾਲ ਦਾ ਵਿਭਾਜਨ ਜਿਹੜਾ ਹੈ ਹੋਇਆ ਸੀਗਾ ਹੁਣ ਅਸੀਂ ਇਹਦੀ ਗੱਲ ਕਰੀਏ ਇਹਨਾਂ ਨੇ ਐਡਮਿਨਿਸਟ੍ਰੇਟਿਵ ਐਫੀਸ਼ੀਐਂਸੀ ਲੈ ਕੇ ਆਏ ਸੀ ਪੋਲੀਟੀਕਲ ਐਜੂਕੇਸ਼ਨ ਲੈ ਕੇ ਆਏ ਸੀਗੇ ਇਹਨਾਂ ਨੇ ਕਾਫੀ ਜ਼ਿਆਦਾ ਜਿਹੜਾ ਲੋਕਲ ਸੈਲਫ ਗਵਰਨਮੈਂਟ ਲਈ ਕੰਮ ਕੀਤਾ ਇਸ ਤੋਂ ਇਹਨਾਂ ਨੂੰ ਲਾਰਡ ਰਿਪਨ ਨੂੰ ਜਿਹੜਾ ਫਾਦਰ ਅਗਲਾ ਕੁਸ਼ਨ ਬਚਾਂਦਾ ਹੈ ਕਹਿੰਦਾ ਆਫਟਰ ਦਾ ਬਰਦੋਲੀ ਸਤਿਗ੍ਰਹਿ ਜਿਹੜਾ ਟਾਈਟਲ ਸੀਗਾ ਉਹ ਸਰਦਾਰ ਵੱ ਹਾਂਜੀ ਬਰਦੋਲੀ ਸੱਤ ਗ੍ਰਹਿ ਕਦੋਂ ਹੁੰਦਾ ਹੈ ਬੱਚਾ ਹਾਂਜੀ ਬਰਦੋਲੀ ਸੱਤ ਗ੍ਰਹਿ ਕਦੋਂ ਹੁੰਦਾ ਹੈਗਾ ਬੜੀ ਵਾਰ ਦੱਸਿਆ ਆਇਆ 1928 ਦੇ ਵਿੱਚ ਇਹ ਸੱਤ ਗ੍ਰਹਿ ਹੁੰਦਾ ਹੈਗਾ ਜਦ ਬ੍ਰਿਟਿਸ਼ ਰਾਜ ਦੇ ਵਕਤ ਠੀਕ ਹੈ ਬੱਚਾ ਮੈਂ ਬਣਾ ਦੇਣੀ ਆ ਰਾਘਵ ਗੋਇਲ ਡਨ ਆ ਕੱਲ ਲੀਫ ਤੇ ਸੀ ਕਿ ਅੱਜ ਬਣਾ ਦਾਂਗੇ ਆ ਕੱਲ ਪਰਸੋ ਤੱਕ ਤੁਹਾਨੂੰ ਮਿਲ ਜਾਈਏ ਉਹ ਵੀਡੀਓ ਸਟ੍ਰੈਟੇਜੀ ਕੇ ਤੇ ਸਿਲੇਬਸ ਤੇ ਠੀਕ ਹੈ ਕਿਹੜੇ ਕਿਹੜੇ ਸਟ੍ਰੈਟੇਜੀ ਜੀ ਪੀ ਕੇ ਦੇ ਟਾਪਿਕਸ ਕਰਨੇ ਚਾਹੀਦੇ ਆਈ ਵਿਲ ਮੇਕ ਥੈਟ ਹਾਂਜੀ ਮਹਾਤਮਾ ਗਾਂਧੀ ਨੇ ਦਿੱਤਾ ਸੀਗਾ ਬਿਲਕੁਲ ਤੁਹਾਡਾ ਆਨਸਰ ਸਹੀ ਹੈਗਾ 3rd will be the right answer ਬੱਚਾ ਮਹਾਤਮਾ ਗਾਂਧੀ ਜੀ ਦੇ ਤਵਾਰਾ ਜਿਹੜਾ ਹੈ ਸਰਦਾਰ ਵੱਲਭ ਭਾਈ ਵਟੇਲ ਨੂੰ ਸਰਦਾਰ ਦਾ ਟਾਈਟਲ ਜਿਹੜਾ ਹੈ ਦਿੱਤਾ ਗਿਆ ਸੀਗਾ ਬਰਦੋਲੀ ਸਤਿਗ੍ਰਹਿ ਸੀਗਾ ਕੀ ਬੱਚਾ ਇਹਦੇ ਬਾਰੇ ਗੱਲ ਕਰਦੇ 1928 ਦੇ ਵਿੱਚ ਸਤਿਗ੍ਰਹਿ ਜਿਹੜਾ ਹੁੰਦਾ ਹੈ ਬਰਦੋਲੀ ਗੁਜਰਾਤ ਦਾ ਹੀ ਇੱਕ ਪਾਰਟਿਕੂਲਰ ਏਰੀਆ ਹੈਗਾ ਉਸ ਵਕਤ ਬ੍ਰਿਟਿਸ਼ ਰਾਜ ਚੱਲਦਾ ਪਿਆ ਸੀਗਾ ਤੇ ਇੱਕ ਤਰੀਕੇ ਨਾਲ ਹੋਇਆ ਕੀ ਸੀਗਾ ਜਿਹੜੇ ਵੱਲਭਭਾਈ ਪਟੇਲ ਅਗੇ ਬਹੁਤ ਗ੍ਰੇਟੈਸਟ ਲੀਡਰ ਹੁੰਦੇ ਨੇ ਇਸ ਇੰਡੀਪੈਂਡੈਂਸ ਸਟ੍ਰਗਲ ਦੀ ਜਿਹੜਾ ਇਹ ਸਤਿਗ੍ਰਹਿਆ ਹੁੰਦਾ ਇਹਦੀ ਲੀਡਰਸ਼ਿਪ ਕਰਦੇ ਆ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਉੱਥੇ ਇਹਦੀ ਮਹਿਲਾ ਸੀਗੀਆਂ ਉੱਥੇ ਤੇ ਪੀਜ਼ਨ ਸੀਗੇ ਬਹੁਤ ਜ਼ਿਆਦਾ ਪਰੇਸ਼ਾਨ ਸੀਗੇ ਠੀਕ ਹੈ ਅੰਗਰੇਜ਼ਾਂ ਤੋਂ ਕਿਉਂਕਿ ਬਹੁਤ ਜ਼ਗ ਰੈਵਨਿਊ ਲੈ ਰਹੇ ਸੀਗੇ ਉਹਨਾਂ ਨੇ ਰੈਵਨਿਊ ਵਧਾ ਦਿੱਤਾ ਸੀਗਾ ਤੇ ਇਸ ਦੇ ਖਿਲਾਫ ਉਹ ਲੜਦੇ ਪਏ ਸੀ ਤੇ ਸਰਦਾਰ ਵੱਲਭਭਾਈ ਪਟੇਲ ਨੇ ਕਾਫੀ ਅੱਛੀ ਲੀਡਰਸ਼ਿਪ ਕੀਤੀ ਉੱਥੇ ਦੀ ਜਿਹੜੀ ਊਮਨਸ ਹੁੰਦੀਆਂ ਨੇ ਤੇ ਮਹਾਤਮਾ ठीक है इतों वल्लभ भाई पटेल सरदार वल्लभ भाई पटेल के नाम तो जाने आ गया अगला क्वेश्चन बहुत ही ईजी क्वेश्चन है सती जी है कि द्वारा बॉलिश की गई लॉर्ड रिपन के द्वारा वॉरन हास्टिंग के द्वारा लॉर्ड कॉन वॉलिसिस के द्वारा या विलियम बेंटिक के द्वारा अगेन अ वेरी इंपॉर्टेंट क्वेश्चन मेरी क्लास का टाइम जोड़े कनवर रावत दो क्लास ओके गाइस थोड़ा बीच में शायद ओ, हैंग हो गया सी माफ़ी चाहनी हां हुन ठीक हो ना जेड़ा ਤੁਹਾਡਾ ਸਤੀ ਪ੍ਰਥਾ ਹੈਗੀ ਹੈ ਠੀਕ ਹੈ ਸਤੀ ਵਰਥਾ ਜਿਹੜੀ ਸੀਗੀ ਇਹ ਤੁਹਾਨੂੰ ਯਾਦ ਰੱਖਣਾ ਹੈਗਾ ਬੇਸਿਕਲੀ ਵਿਲੀਅਮ ਬੈਂਟਿਕ ਦੇ ਦੁਆਰਾ ਆਫੀਸ਼ੀਅਲੀ ਜਿਹੜੀ ਹੈ ਅਬੋਲਿਸ਼ ਕੀਤੀ ਗਈ ਸੀਗੀ ਠੀਕ ਹੈ 4 ਦਸੰਬਰ 1829 ਨੂੰ ਇਹਨਾਂ ਨੇ ਪਾਸ ਕੀਤਾ ਕਿ ਬਈ ਇਹ ਇੱਕ ਤਰੀਕੇ ਦੀ ਕਲਪੇਬਲ ਹੋਮਿਸਾਈਡ ਹੈਗੀ ਹੈ ਤੁਸੀਂ ਉਹ ਨਹੀਂ ਮਾਰ ਸਕਦੇ ਤੇ ਸਤੀ ਪ੍ਰਥਾ ਨੂੰ ਬੈਨ ਕੀਤਾ ਗਿਆ ਹੋਰ ਵੀ ਕਿਹੜੇ-ਕਿਹੜੇ ਸੀਗੇ ਜਿਨ੍ਹਾਂ ਨੇ ਸਤੀ ਪ੍ਰਥਾ ਨੂੰ ਬੈਨ ਕਰਨ ਦੀ ਗੱਲ ਕੀਤੀ ਪੋਰਟੂਗੀਜ਼ ਵੀ ਸੀਗੇ ਪੋਚੁਗੀਜ਼ ਵੀ ਚਾਹੁੰਦੇ ਸੀਗੇ ਕਿ ਸਤੀ ਪ੍ਰਥਾ ਬੈਨ ਹੋਵੇ ਉਹ ਇਸ ਕਰਕੇ ਚਾਹੁੰਦੇ ਸੀਗੇ ਤਾਂਕਿ ਪੋਚੁਗੀਜ਼ ਜਿਹੜੀ ਹੈ ਵਿਡੋਜ਼ ਨਾਲ ਮੈਰਿਜ ਕਰਕੇ ਪੋਚੁਗੀਜ਼ਮ ਜਿਹੜਾ ਕ੍ਰਿਸਚੀਅਨਿਜ਼ਮ ਜਿਹੜਾ ਹੈ ਭਾਰਤ ਦੇ ਵਿੱਚ ਲੈ ਕੇ ਆ ਸਕਣ ਰਾਜਾ ਰਾਮ ਮੋਹਨ ਰాయ ਇਹਨਾਂ ਨੇ ਵੀ ਕਾਫੀ ਜ਼ਿਆਦਾ ਸਤੀ ਪ੍ਰਥਾ ਨਾਲ ਲਈ ਕੰਮ ਕੀਤਾ ਤਾਂ ਕਰਕੇ ਇਹਨਾਂ ਨੇ ਬ੍ਰਹਮੋ ਸਮਾਜ ਦੀ ਸਥਾਪਨਾ ਕੀਤੀ ਜਿੱਥੇ ਇਹਨਾਂ ਨੇ ਊਮਨ ਚਾਈਲਡ ਮੈਰਿਜ ਲਈ ਵੀ ਕਾਫੀ ਜ਼ਿਆਦਾ ਇਹ ਲੜੇ ਠੀਕ ਹੈ ਹਾਂਜੀ ਥੋੜਾ ਜਿਹਾ ਹੋ ਗਿਆ ਸੀ ਬੱਚਾ ਹੁਣ ਸਹੀ ਹੋਣਾ ਵਿੱਚ ਕਈ ਵਾਰ ਇਹਦਾ ਹੋ ਜਾਂਦਾ ਹੈ ਅਗਲਾ ਕੁਐਸਚਨ ਬੱਚਾ ਦੇਖੋ ਨੈਕਸਟ ਕੁਐਸਚਨ ਹਾਂਜੀ ਅਗਰ ਤੁਸੀਂ ਅਗਰ ਹਜੇ ਤੱਕ ਤੁਸੀਂ ਸੈਸ਼ਨ ਲਾਈਕ ਨਹੀਂ ਕੀਤਾ ਆਈ ਰਿਕੁਐਸਟ ਟੂ ਆਲ ਪਲੀਜ਼ ਇਸ ਸੈਸ਼ਨ ਨੂੰ ਲਾਈਕ ਕਰ ਦਿਓ ਨੈਕਸਟ ਕੁਐਸਚਨ ਆਂਦਾ ਬੱਚਾ ਮੋਹਨਦਾਸ ਕਰਮਚੰਦ ਗਾਂਧੀ ਜੀ ਦੇ ਬਾਰੇ ਗੱਲ ਕਰੀਏ ਇਹਨਾਂ ਨੂੰ ਮਹਾਤਮਾ ਕਿਹਾ ਗਿਆ ਕਿਹਦੇ ਦੁਆਰਾ ਮੋਹਨਦਾਸ ਕਰਮਚੰਦ ਗਾਂਧੀ ਇਹਨਾਂ ਨੂੰ ਮਹਾਤਮਾ ਕਿਹਾ ਗਿਆ ਕਿਹਦੇ ਦੁਆਰਾ ਹਾਂਜੀ ਯੂਸਫੁਲ ਹੈਗੇ ਤੁਸੀਂ ਲੈ ਸਕਦੇ ਹੋ ਬੱਚਾ ਰਵਿੰਦਰਨਾਥ ਰਾਜਾਰਾਮ ਮੋਹਨ ਰਾਇ ਦੇ ਦੁਆਰਾ ਹਾਂਜੀ ਕਿ ਰਬਿੰਦਰਨਾਥ ਟੈਗੋਰ ਦੇ ਦੁਆਰਾ ਮੱਚਾ ਮੋਹਨਦਾਸ ਕਰਮਚੰਦ ਗਾਂਧੀ ਯਾਨੀ ਕਿ ਮਹਾਤਮਾ ਗਾਂਧੀ ਜੀ ਨੂੰ ਮਹਾਤਮਾ ਰਬਿੰਦਰਨਾਥ ਟੈਗੋਰ ਦੇ ਦੁਆਰਾ ਕਿਹਾ ਗਿਆ ਸੀ ਰਬਿੰਦਰਨਾਥ ਟੈਗੋਰ ਉਹਨਾਂ ਦੇ ਕਾਫੀ ਅੱچھے ਫਰੈਂਡ ਸੀਗੇ ਤੇ ਮਹਾਤਮਾ ਦਾ ਮਤਲਬ ਹੁੰਦਾ ਹੈ ਗ੍ਰੇਟ ਸੋਲ ਬਹੁਤ ਵੱਡੀ ਸੋਲ 1915 ਦੇ ਵਿੱਚ ਰਬਿੰਦਰਨਾਥ ਟੈਗੋਰ ਨਾਲ ਦੇ ਫਰੈਂਡ ਹੁੰਦੇ ਨੇ ਮਹਾਤਮਾ ਗਾਂਧੀ ਜੀ ਨੂੰ ਮਤਲਬ ਗਾਂਧੀ ਜੀ ਨੂੰ ਮਹਾਤਮਾ ਦੇ ਨਾਮ ਤੋਂ ਜਾਂ ਬੋਲਦੇ ਹੈ ਠੀਕ ਹੈ ਇਹ ਵੀ ਤੁਹਾਨੂੰ ਯਾਦ ਰੱਖਣਾ ਹੈ ਅਗੇਨ ਅ ਵੈਰੀ ਇੰਪੋਰਟੈਂਟ ਕੁਐਸਚਨ ਅਗਲਾ ਕੁਸ਼ਨ ਬਚਾਉਂਦਾ ਹੈ ਕਿ ਜਦੋਂ ਆਪਾਂ ਮੁਹੰਮਦ ਡੇਗਲੋ ओरिएंटਲ ਕਾਲਜ ਦੇ ਬਾਰੇ ਗੱਲ ਕਰਦੇ ਹਾਂ ਲੇਟਰ ਇਹਨੂੰ ਕੀ ਕਿਹਾ ਸੀਗਾ ਕਿਹੜੀ ਯੂਨੀਵਰਸਿਟੀ ਇਹਨੂੰ ਕਿਹਾ ਸੀ ਇਹ ਇੱਕ ਤਰੀਕੇ ਦੀ ਮੁਸਲਿਮਸ ਲਈ ਯੂਨੀਵਰਸਿਟੀ ਸੀਗੀ ਕਿਉਂਕਿ ਮੁਸਲਿਮਸ ਕਾਫੀ ਪਿੱਛੇ ਚੱਲ ਰਹੇ ਸੀ ਉਹਨਾਂ ਨੂੰ ਐਜੂਕੇਸ਼ਨ ਨਹੀਂ ਮਿਲਦੀ ਪਈ ਸੀਗੀ ਤਾਂ ਕਰਕੇ ਸਰ ਸੈਇਦ ਅਹਿਮਦ ਖਾਨ ਦੇ ਦੁਆਰਾ ਮੁਹੰਮਦ ਡੇਗਲੋ ओरिएंटਲ ਕਾਲਜ ਦੀ ਸਥਾਪਨਾ ਜਿਹੜੀ ਹੈ ਕੀਤੀ ਗਈ ਬਟ ਬਾਅਦ ਚ ਜਾ ਕੇ ਇਹਦਾ ਨਾਮ ਜਿਹੜਾ ਹੈ ਉਹ ਚੇਂਜ ਕਰ ਦਿੱਤਾ ਗਿਆ ਇਹਦਾ ਨਾਮ ਕੀ ਚੇਂਜ ਕੀਤਾ ਗਿਆ ਸੀ ਇਹੀ ਤੁਹਾਡੇ ਲਈ ਕੁਸ਼ਨ ਹੈ ਹਾਂਜੀ ਜਲਦੀ ਨਾਲ ਇਹਦਾ ਆਨਸਰ ਜਿਹੜਾ ਹੈ ਦੋ ਔਰ ਵੈਰੀ ਗੁੱਡ ਸੋਨੂ ਜਲਲ ਨੇ ਆਨਸਰ ਜਿਹੜਾ ਹੈ ਸਹੀ ਦਿੱਤਾ ਕਿ ਮੈਮ ਇਹਦਾ ਜਿਹੜਾ ਆਨਸਰ ਤੁਹਾਡੇ ਕੋਲ ਆਏਗਾ ਉਹ ਆਏਗਾ ਕਿ ਇਹਨੂੰ ਆਪਾਂ ਕਹਿੰਦੇ ਆ ਜਿਹਦੇ ਵਿੱਚ ਆਪਾਂ ਕਹਿੰਦੇ ਕਿ ਬਈ ਇੱਥੇ ਤੁਹਾਡਾ ਆਏਗਾ ਅਲੀਗੜ ਮੁਸਲਿਮ ਯੂਨੀਵਰਸਿਟੀ ਅਲੀਗੜ ਮੁਸਲਿਮ ਯੂਨੀਵਰਸਿਟੀ will be the right answer ਉਹਨੇ ਦੇ ਬਾਰੇ ਥੋੜੀ ਡਿਟੇਲ ਜਾਣ ਲੈਣੇ ਐਗਜ਼ਾਮ ਦੇ ਵਿੱਚ ਹੋਰ ਕੀ ਕੀ ਪੁੱਛਿਆ ਜਾ ਸਕਦਾ ਹੈ ਦੇਖੋ ਅਲੀਗੜ ਮੁਸਲਿਮ ਯੂਨੀਵਰਸਿਟੀ ਨੂੰ ਸਟੈਬਲਿਸ਼ ਕੀਤਾ ਗਿਆ ਸੀ ਸਰ ਸੈਦ احمد ਖਾਨ ਦੇ ਦੁਆਰਾ ਠੀਕ ਹੈ 1870 5 ਦੇ ਵਿੱਚ ਮਤਲਬ ਇਹਨੂੰ ਬੋਲਿਆ ਗਿਆ ਸੀ ਮੁਹੰਮਦ ਐਂਗਲੋ ओरिएंटਲ ਕਾਲਜ ਬਾਅਦ ਉਹ ਜਾ ਕੇ ਇਹਨੂੰ ਜਿਹੜਾ ਹੈ 1920 ਦੇ ਵਿੱਚ ਬੋਲਿਆ ਗਿਆ ਸੀ ਅਲੀਗੜ ਮੁਸਲਮਨ ਯੂਨੀਵਰਸਿਟੀ ਯਾਨੀ ਕਿ ਮੁਹੰਮਦ ਰੀਐਂਟਲ ਕਾਲਜ 1875 ਦੇ ਵਿੱਚ ਬਣਿਆ ਬਟ 1920 ਦੇ ਵਿੱਚ ਜਾ ਕੇ ਇਹਨੂੰ ਅਲੀਗੜ ਮੁਸਲਮਨ ਯੂਨੀਵਰਸਿਟੀ ਕਿਹਾ ਗਿਆ ਤੇ ਅਲੀਗੜ ਮੂਵਮੈਂਟ ਲਈ ਵੀ ਸਰ ਸૈયਦ ਅਹਿਮਦ ਖਾਨ ਨੂੰ ਹੀ ਜਾਣਿਆ ਜਾਂਦਾ ਹੈ ਸਰ ਸૈયਦ ਅਹਿਮਦ ਖਾਨ ਜਾਣਦੇ ਸੀ ਕਿ ਮੁਸਲਮਜ਼ ਵੀ ਅੱਗੇ ਵਧਣ ਉਹਨਾਂ ਨੂੰ ਵੀ ਐਜੂਕੇਸ਼ਨ ਜਿਹੜੀ ਹੈ ਮਿਲੇ ਇਸ ਕਰਕੇ ਉਹਨਾਂ ਨੇ ਇਸ ਦੀ ਸਥਾਪਨਾ ਜਿਹੜੀ ਹੈ ਕੀਤੀ ਬੱਚਾ ਅਗਲਾ ਕੋਸ਼ਨ ਆਂਦਾ ਹੈ ਦੇਖੋ ਪੂਰਨ ਸਵਰਾਜ ਜਿਹਨੂੰ ਆਪਾਂ ਕੰਪਲੀਟ ਇੰਡੀਪੈਂਡੈਂਸ ਕਹਿੰਦੇ ਆ ਇਹ ਡਿਕਲੇਅਰ ਕੀਤੀ ਗਈ ਗੋਲ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ ਐਸ ਅ ਸੈਸ਼ਨ ਕਿਹੜੇ ਸੈਸ਼ਨ ਦੇ ਵਿੱਚ ਪੂਰਨ ਸਵਰਾਜ ਦੀ ਮੰਗ ਅਸੀਂ ਜੜੀ ਹੈ ਕੀਤੀ ਪੂਰਨ ਸਵਰਾਜ ਦਾ ਮਤਲਬ ਕੀ ਹੁੰਦਾ ਬੱਚਾ ਕੰਪਲੀਟ ਇੰਡੀਪੈਂਡੈਂਸ ਯਾਨੀ ਕਿ ਪੂਰੀ ਆਜ਼ਾਦੀ ਜੜੀ ਹੈ ਅੰਗਰੇਜ਼ਾਂ ਤੋਂ ਚਾਹੁੰਦੇ ਸੀ ਅੰਗਰੇਜ਼ ਬਹੁਤ ਜ਼ਿਆਦਾ ਸਾਨੂੰ ਤੰਗ ਕਰ ਰਹੇ ਸੀ ਸਾਡੇ ਬਾਰ-ਬਾਰ ਪਟੀਸ਼ਨਸ ਡਿਫਰੈਂਟ ਮੂਵਮੈਂਟਸ ਕਰਕੇ ਵੀ ਅੰਗਰੇਜ਼ ਜੜੀ ਪਿੱਛੇ ਨਹੀਂ ਹਟੇ ਉਸ ਤੋਂ ਬਾਅਦ ਆਪਾਂ ਤੰਗ ਹੋ ਗਏ ਪਹਿਲੇ ਆਪਾਂ ਸਵਰਾਜ ਚਾਹਿਆ ਜਿਵੇਂ ਕਿ ਸਵਰਾਜ ਇਜ਼ ਇਨਾਲ ਪੂਰਨ ਸਵਰਾਜ ਦੀ ਮੰਗ ਕੀਤੀ ਕਿ ਹੁਣ ਸਾਨੂੰ ਪੂਰੀ ਆਜ਼ਾਦੀ ਚਾਹੀਦੀ ਹੈ ਹੁਣ ਸਾਨੂੰ ਚਾਹੀਦਾ ਨਹੀਂ ਹੈਗਾ ਤੁਸੀਂ ਭਾਰਤ ਯਾਨੀ ਕਿ ਇੰਡੀਆ ਦੇ ਵਿੱਚ ਰਹੋ ਇਸ ਕਰਕੇ ਆਪਾਂ ਪੂਰਨ ਸਵਰਾਜ ਦੀ ਮੰਗ ਕੀਤੀ ਬਟ ਆਪਾਂ ਕਿਹੜੇ ਰੈਜ਼ੋਲੂਸ਼ਨ ਦੇ ਵਿੱਚ ਇਹ ਗੱਲ ਕੀਤੀ ਉਹ ਸੀਗਾ ਬੱਚਾ ਲਾਹੌਰ ਸੈਸ਼ਨ 1929 ਦਾ ਸੈਸ਼ਨ ਇਹ ਇਦਾਂ ਦਾ ਸੈਸ਼ਨ ਸੀਗਾ ਜਿਹਦੇ ਵਿੱਚ ਜਵਾਲਾ ਲਹਿਰੂ ਨੇ ਪਹਿਲੀ ਵਾਰ ਤਿਰੰਗਾ ਵੀ ਲਹਿਰਾਇਆ ਸੀਗਾ ਈਵਨਲੀ ਆਪਾਂ ਅਗਰ ਅਸੀਂ ਗੱਲ ਕਰੀਏ 1930 ਦੇ ਵਿੱਚ 1930 ਦੇ ਵਿੱਚ ਆਪਾਂ ਕੰਪਲੀਟ ਆਪਣਾ ਪਹਿਲੀ ਵਾਰ ਇੰਡੀਪੈਂਡੈਂਸ ਡੇ ਵੀ ਮਨਾਇਆ ਹਜੇ ਸੀ ਆਜ਼ਾਦ ਵੀ ਨਹੀਂ ਹੋਏ ਸੀ ਤਾਂ ਹੀ ਕਰਕੇ 26 ਜਨਵਰੀ 1950 ਦੇ ਵਿੱਚ ਸਾਡਾ ਕਨਸਟੀਟਿਊਸ਼ਨ ਜਿਹੜਾ ਹੈ ਉਹ ਲਾਗੂ ਹੁੰਦਾ ਹੈ ਜਦਕਿ ਉਹ ਕੰਪਲੀਟ ਕਦੋਂ ਹੋ ਜਾਂਦਾ ਹੈ 26 ਨਵੰਬਰ 1949 ਨੂੰ ਇੰਨਾ ਦੇਰ ਆਪਾਂ ਕਿਉਂ ਕੀਤੀ ਇਨਫੋਰਸੇਬਲ ਕਿਉਂ ਕੀਤੀ ਕਿਉਂਕਿ ਰੀਜ਼ਨ ਸੀ ਆਪਾਂ ਇਸ ਦਿਨ ਨੂੰ ਯਾਦ ਕਰ ਰਹੇ ਸੀ ਕਿ ਆਪਾਂ ਇਸ ਨੂੰ ਸੋਚਿਆ ਸੀਗਾ ਕਿ ਇਸ ਤੋਂ 1 ਸਾਲ ਪਹਿਲਾਂ ਕਿ ਆਪਾਂ ਪੂਰਨ ਸਵਰਾਜ ਯਾਨੀ ਕਿ ਕੰਪਲੀਟ ਇੰਡੀਪੈਂਡੈਂਸ ਜਿਹੜੀ ਹੈ ਅੰਗਰੇਜ਼ਾਂ ਤੋਂ ਲੈ ਕੇ ਆਵਾਂਗੇ ਓਕੇ ਇਹ ਲਾਹੌਰ ਦਾ ਸੈਸ਼ਨ ਸੀਗਾ 1929 ਦਾ ਇੱਕ ਬੁੱਕ ਹੈਗੀ जर ऑफ द बुक माई एक्सपेरीमेंट्स विद द ट्रुथ माई एक्सपेरीमेंट विद द ट्रुथ एब लेखक कौन सी? और बिंदो घोष बाल गंगाधर तिलक गांधी या विनोद भावे हाँ जी माई स्टोरी एक्सपेरीमेंट्स विद द ट्रुथ नहीं बच्चा हूँ नहीं हो रहा सही है एकदम की आंसर आएगा गांधी क्योंकि गांधी जी की ਆਟੋਬਾਇਓਗ੍ਰਾਫੀ ਸੀਗੀ ਹਣਾ ਕਹਿ ਸਕਦੇ ਆ ਇਹ ਗਾਂਧੀ ਜੀ ਦੀ ਕੀ ਸੀਗੀ ਆਟੋਬਾਇਓਗ੍ਰਾਫੀ ਤਾਂ ਕਰਕੇ ਆਪਾਂ ਕਹਿੰਦੇ ਦ ਸਟੋਰੀ ਆਫ ਮਾਈ ਐਕਸਪੈਰੀਮੈਂਟ ਵਿਦ ਅ ਟਰੂਥ ਇਸ ਆਟੋਬਾਇਓਗ੍ਰਾਫੀ ਆਫ ਦਾ ਮੋਹਨਦਾਸ ਕਰਮਚੰਦ ਗਾਂਧੀ ਆਨਸਰ ਜਿਹੜਾ ਹੈ ਬੱਚਾ ਕੀ ਆਏਗਾ 3rd ਆਏਗਾ ਆਨਸਰ will be ਬੱਚਾ 3rd ਹਾਂ ਐਗਜ਼ੈਕਟਲੀ ਇਹਨਾਂ ਨੇ ਗਾਂਧੀ ਜੀ ਨੇ ਮਾਈ ਐਕਸ ਦਾ ਸਟੋਰੀ ਆਫ ਮਾਈ ਐਕਸਪੈਰੀਮੈਂਟ ਵਿਦ ਅ ਟਰੂਥ ਇਹਦੇ ਵਿੱਚ ਕੀ ਲਿਖਿਆ ਸੀਗਾ ਇਹਨਾਂ ਨੇ ਆਪਣੀ ਚਾਈਲਡਹੂਡ ਜਿਹੜੀ ਇਹ ਜਰਨੀ ਲਿਖੀ ਸੀਗੀ ਵੀਕਲੀ ਇਨਸਟਾਲਮੈਂਟਸ ਦੇ ਵਿੱਚ ਇਹ ਜਾਂਦੀ ਸੀਗੀ ਇੱਕ ਜਰਨਲ ਸੀਗਾ ਜਿਹਦਾ ਨਾਮ ਸੀਗਾ ਨਵ ਜੀਵਨ ਨਵ ਜੀਵਨ ਦੇ ਵਿੱਚ 1925 ਤੋਂ ਲੈ ਕੇ 1929 ਤੱਕ ਇਹ ਗਾਂਧੀ ਜੀ ਨੇ ਲਿਖਿਆ ਇਹਦੇ ਵਿੱਚ ਇੰਗਲਿਸ਼ ਆ ਟ੍ਰਾਂਸਲੇਸ਼ਨ ਵੀ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਯੰਗ ਇੰਡੀਆ ਯੰਗ ਇੰਡੀਆ ਨਿਊਜ਼ਪੇਪਰ ਵੀ ਗਾਂਧੀ ਜੀ ਦੇ ਦੁਆਰਾ ਹੀ ਲਿਖਿਆ ਗਿਆ ਸੀਗਾ ਠੀਕ ਹੈ ਨੈਕਸਟ ਕੁਐਸਚਨ ਸਾਡੇ ਕੋਲ ਆਂਦਾ ਹੈਗਾ ਮੋਤੀ ਲਾਲ ਨਹਿਰੂ ਤੇ ਚਿਤ੍ਰੰਦਨ ਦਾਸ ਜਿਹੜੇ ਸੀਗੇ ਇਹ ਫਾਊਂਡਿੰਗ ਮੈਂਬਰ ਸੀ ਕਿਦੇ ਇਹਨਾਂ ਨੇ ਕਿਹੜੀ ਕਿਹੜੀ ਪਾਰਟੀ ਨੂੰ ਫਾਊਂਡ ਕੀਤਾ ਸੀ ਇਹ ਕੁਐਸਚਨ ਤੁਹਾਡੇ ਤੋਂ ਪੁੱਛਿਆ ਗਿਆ ਹੈਗਾ ਮੋਤੀ ਲਾਲ ਨਹਿਰੂ ਆਂ ਚਿਤ੍ਰੰਦਨ ਦਾਸ ਜੀ ਨੂੰ ਆਪਾਂ ਸੀਆਰ ਦਾਸ ਵੀ ਕਹਿੰਦੇ ਆਂ। ਹਾਂਜੀ 1923 ਦੇ ਵਿੱਚ ਇਹਨਾਂ ਦੇ ਦੁਆਰਾ ਇੱਕ ਪਾਰਟੀ ਬਣਾਈ ਗਈ ਸੀ ਉਹ ਕਿਹੜੀ ਪਾਰਟੀ ਸੀਗੀ? ਕਮਿਊਨਿਸਟ ਪਾਰਟੀ ਆਫ ਇੰਡੀਆ, ਫਾਰਵਰਡ ਬਲੌਕ, ਸੋਸ਼ਲਿਸਤ ਸਵਰਾਜਯ ਪਾਰਟੀ ਜਾਂ ਸਵਰਾਜਯ ਪਾਰਟੀ। ਹਾਂਜੀ ਅਗੇਨ ਆ ਵਰy ਇੰਪੋਰਟੈਂਟ ਕੁਐਸਚਨ ਗਾਇਸ ਲਗਾਓ ਜਲਦੀ ਨਾਲ ਸਵਰਾਜਯ ਬੱਚਾ ਸਵਰਾਜਯ ਪਾਰਟੀ ਵੈਰੀ ਗੁੱਡ ਅਨਸਰ ਵਿਲ ਬੀ ਬੱਚਾ 4 1923 ਦੇ ਵਿੱਚ ਤੁਹਾਨੂੰ ਇਹ ਗੱਲ ਯਾਦ ਰੱਖਣੀ ਹੈ ਕਿ ਸਵਰਾਜ ਪਾਰਟੀ ਦੀ ਸਥਾਪਨਾ ਜਿਹੜੀ ਹੈ ਕੀਤੀ ਗਈ ਸਵਰਾਜ ਪਾਰਟੀ ਜਿਹੜੀ ਸੀਗੀ ਇਸਟੈਬਲਿਸ਼ ਕੀਤੀ ਗਈ ਐਜ਼ ਅ ਕਾਂਗਰਸ ਖਿਲਾਫ ਸਵਰਾਜ ਪਾਰਟੀ ਤੇ 1923 ਦੇ ਵਿੱਚ ਇਹਨੂੰ ਇਸਟੈਬਲਿਸ਼ ਕੀਤਾ ਗਿਆ ਇਹਦਾ ਕਨਸੈਪਟ ਕੀ ਸੀ ਸਵਰਾਜ ਸਵਰਾਜ ਦਾ ਮਤਲਬ ਹੁੰਦਾ ਹੈ ਖੁਦ ਦੇ ਦੁਆਰਾ ਰੂਲ ਕਰਨਾ ਚਿਤਿੰਦਨ ਚਿਤਰੰਦਨ ਦਾਸ ਹੋ ਗਿਆ ਨਰਸੀਮਾ ਚਿੰਤाराम ਕੇਲਕਰ ਹੋਗੇ ਤੇ ਮੋਤੀ ਲਾਲ ਨਹਿਰੂ ਇਹ ਤਿੰਨ ਪਰਸਨ ਸੀਗੇ ਮੇਜਲੀ ਇਹਨੂੰ ਇਸ ਪਾਰਟੀ ਨੂੰ ਬਣਾ ਲੀ ਠੀਕ ਹੈ ਔਰ ਅਗਰ ਅਸੀਂ ਗੱਲ ਕਰੀਏ ਅਦਰ ਪ੍ਰੋਮਿਨੈਂਟ ਲੀਡਰ ਕਿਹੜੇ ਸੀਗੇ ਇਹਦੇ ਵਿੱਚ ਸੁਭਾਸ਼ ਚंद्र ਬੌਸ ਆ ਬੰਗਾਲ ਵੀ ਸੀਗੇ ਵਿਤਭਾ ਭਾਈ ਪਟੇਲ ਵੀ ਸੀਗੇ ਹੋਰ ਵੀ ਬਹੁਤ ਸਾਰੇ ਲੀਡਰਸ ਨੇ ਪਾਰ ਲੇਤਾ ਪਰ ਗਾਂਧੀ ਜੀ ਇਹਦੇ ਵਿੱਚ ਨਹੀਂ ਸੀਗੇ ਗਾਂਧੀ ਜੀ ਇਹਦੇ ਅਗੇਂਸਟ ਸੀਗੇ ਅਗਲਾ ਕੁਸ਼ਨ ਆਉਂਦਾ ਹੈ ਦ ਇਮੋਰਟਲ ਨੈਸ਼ਨਲ ਸੌਂਗ ਜਿਹਦਾ ਨਾਮ ਹੈ ਬੰਦੇ ਮਾਤਰਮ ਠੀਕ ਹੈ ਇਕਿਦੇ ਦੁਆਰਾ ਲਿਖਿਆ ਗਿਆ ਹਾਂਜੀ बंदे मातरम यह सॉन्ग जो है कि द्वारा लिखा गया यह क्वेश्चन ते तो जा रहा है का। लगाओ भी राइट आंसर की राइट आंसर जरा है एदा बच्चा होएगा अगेन आ वेरी इंपॉर्टेंट क्वेश्चन गाइज बहुत ही इंपॉर्टेंट क्वेश्चन है द इमोटल नैशनल सोंग बंदे मातरम हैज बीन रिटर्न बाय हाँ जी थर्ड के फर्स्ट ਸਟਰੈਟਜੀ ਦੇ ਦੁਆਰਾ ਲਿਖਿਆ ਗਿਆ ਨਹੀਂ ਬੱਚਾ ਯਹਾਂ ਪੇ ਬੰਕਿਮ ਚੰਦਰ ਚਤੋਭਯਾ will be the right answer ਰਬਿੰਦਰਨਾਥ ਟੈਗੋਰ ਨੇ ਪਹਿਲੀ ਬਾਰ ਗਾਇਆ ਸੀਗਾ ਅ ਵੰਦੇ ਮਾਤਰਮ ਜਿਹੜਾ ਹੈਗਾ ਇਹ ਪੋਇਮ ਸੀਗੀ ਫਰੋਂ ਬੰਕੀਨ ਚੰਦਰ ਚਾਤੋਭਿਆ 1882 ਦੇ ਵਿੱਚ ਇਹਨਾਂ ਨੇ ਇੱਕ ਨੋਵਲ ਸੀਗੀ ਆਨੰਦ ਮਠ ਇਹਦੇ ਵਿੱਚ ਲਿਖਿਆ ਗਿਆ ਇਹਨੂੰ ਰਿਟਨ ਲਿਖਿਆ ਗਿਆ ਸੀ ਬੰਗਾਲੀ ਤੇ ਸੰਸਕ੍ਰਿਤ ਦੇ ਦੁਆਰਾ ਇਹਦੇ ਵਿੱਚ ਹਿਮ ਜਿਹੜੇ ਹੁੰਦੇ ਨੇ ਉਹ ਜਿਨੂੰ ਆਪਾਂ ਸ਼ਲੋਕ ਕਹਿੰਦੇ ਆ ਗੋਡੈਸ ਦੁਰਗਾ ਦੇ ਹੈਗੇ ਤੇ ਅਗਰ ਅਸੀਂ ਗੱਲ ਕਰੀਏ ਰਬਿੰਦਰਨਾਥ ਟੈਗੋਰ ਦੇ ਦੁਆਰਾ ਪਹਿਲੀ ਵਾਰ ਇਹਨੂੰ ਸੰਗ ਕੀਤਾ ਗਿਆ ਸੀ 1896 ਦੇ ਸੈਸ਼ਨ ਦੇ ਵਿੱਚ ਠੀਕ ਹੈ ਇਹ ਵੀ ਕੁਐਸਚਨ ਪੁੱਛ ਲਿਤਾ ਜਾਂਦਾ ਕਿ ਫਰਸਟ ਸੰਗ ਕਿਦੇ ਦੁਆਰਾ ਕੀਤਾ ਗਿਆ ਸੀ ਰਬਿੰਦਰਨਾਥ ਟੈਗੋਰ ਦੇ ਦੁਆਰਾ ਅਗਲਾ ਕੁਐਸਚਨ ਬੱਚਾ ਆਂਦਾ ਤੁਹਾਡੇ ਸਾਹਮਣੇ ਨੈਕਸਟ ਕੁਐਸਚਨ ਦੇਖੋ ਹਾਂਜੀ ਮੁਹੰਮਦ ਐਗਲੋ ओरिएंटਲ ਕਾਲਜ ਵਾਸ ਫਾਊਂਡੇਡਡ ਬਾਈ ਇਹ ਅਜੇ ਅਸੀਂ ਪਿੱਛੇ ਹੀ ਕੀਤਾ ਸੀਗਾ ਹੁਣ ਤੁਸੀਂ ਈਜ਼ਲੀ ਇਹਦਾ ਆਨਸਰ ਜਿਹੜਾ ਹੈ ਦੇ ਸਕਦੇ ਹੋ ਕੀ ਆਨਸਰ ਆਏਗਾ ਜਲਦੀ ਨਾਲ ਇਹਦਾ ਆਨਸਰ ਜਿਹੜਾ ਹੈ ਲਗਾਓ ਸੈਇਦ ਅਹਿਮਦ ਖਾਨ ਦੇ ਬਾਰੇ ਗੱਲ ਕਰਦੇ ਆਂ ਇੱਥੇ ਤੁਹਾਡਾ ਆਨਸਰ ਸਹੀ ਹੈ ਕਿ ਸਰ ਸੈਇਦ ਅਹਿਮਦ ਖਾਨ ਦੇ ਦੁਆਰਾ ਜਿਹੜਾ ਹੈ ਇਸ ਨੂੰ ਇਸਟੈਬਲਿਸ਼ ਕੀਤਾ ਗਿਆ ਸੀ ਮੁਹੰਮਦ ਇਕਲੋ ओरिएंटਲ ਕਾਲਜ ਇਹ ਲੀਡਰਸ਼ਿਪ ਮੁਸਲਿਮ ਰੈਨੇਸੈਂਸ ਦੇ 1875 ਤੋਂ ਨਾਲ ਡਿਵੈਲਪ ਕੀਤਾ ਸੀਗਾ ਤੇ ਬਾਅਦ ਚ ਉਹਨੂੰ ਅਲੀਗੜ ਯੂਨੀਵਰਸਿਟੀ ਕਿਹਾ ਗਿਆ 1920 ਦੇ ਵਿੱਚ ਇਹਦਾ ਮੇਜਰ ਕੰਮ ਕੀ ਸੀਗਾ ਮੁਸਲਿਮਸ ਨੂੰ ਐਜੂਕੇਟ ਕਰਨਾ ਅਗਲਾ ਕੁਐਸਚਨ ਆਉਂਦਾ ਹੈ ਬੱਚਾ ਕੁਐਸਚਨ ਕਹਿੰਦੇ ਵਿਚ ਵਨ ਆਫ ਦ ਫੋਲੋਇੰਗ ਵਾਸ ਨਾ ਬਫਰ ਹੋ ਰਿਹਾ ਮੇਰੀ ਸਾਈਡ ਠੀਕ ਹੈ ਹੁਣ Goa Goa will be the right answer ਬਿਲਕੁਲ ਕੋਈ ਗੱਲ ਨਹੀਂ ਮੈਂ ਚੈੱਕ ਕਰ ਲੈਣੀ ਕੀ ਦਿੱਕਤ ਆ ਰਹੀ ਹੈ ਹਾਂਜੀ Goa will be the right answer Goa ਅਗਰ ਤੁਹਾਡੀ ਫ੍ਰੈਂਚ ਦੀ ਨਹੀਂ ਸੀ ਬੱਚਾ ਫ੍ਰੈਂਚ ਦੀ ਕੀ ਦੀ ਸੀ ਫ੍ਰੈਂਚ ਦੇ ਬਾਰੇ ਅਗਰ ਅਸੀਂ ਗੱਲ ਕਰੀਏ ਫ੍ਰੈਂਚ ਆਈ ਸੀ ਕਿ ਭਾਰਤ ਦੇ ਵਿੱਚ 1664 ਦੇ ਵਿੱਚ ਤੇ ਜਿਹੜੇ ਡੱਚ ਆਂਦੇ ਨੇ ਉਹ ਕਦੋਂ ਆਂਦੇ ਨੇ 1602 ਦੇ ਵਿੱਚ ਡੱਚ ਤੇ دانش ਪੁੱਛਿਆ ਦੇ ਕਦੋਂ ਆਂਦੇ ਨੇ دانش ਈਸਟ ਇੰਡੀਆ ਕੰਪਨੀ ਸਾਰੀ ਯੂਰੋਪੀਅਨ ਕੰਪਨੀ ਸੀ ਭਾਰਤ ਦੇ ਵਿੱਚ ਆਈ 1616 ਦੇ ਵਿੱਚ ਤੇ ਈਸਟ ਇੰਡੀਆ ਕੰਪਨੀ ਜਿਹਨੂੰ ਆਪਾਂ ਬ੍ਰਿਟੇਨ ਦੀ ਕੰਪਨੀ ਕਹਿੰਦੇ ਆ ਕਦੋਂ ਆਈ ਸੀ 1600 ਦੇ ਵਿੱਚ ਫਰੈਂਚ ਜਿਹੜੇ ਸੀਗੇ ਇਹਨਾਂ ਦੇ ਪੋਟੂਚਰੀ ਮਾਹੇ ਚੰਦਰਨਗਰ ਸੀ ਬਟ ਗੋਆ ਨਹੀਂ ਸੀ ਗੋਆ ਕਿੱ디 ਸੀਗੀ ਤੁਹਾਡੀ ਪਹੁੰਚ ਗਈ ਸੀ ਜੋ ਤੁਹਾਡੇ 1498 ਦੇ ਵਿੱਚ ਆਂਦੇ ਨੇ ਵਾਸਕੋ ਡਿਗਾਮਾ 1510 ਦੇ ਵਿੱਚ ਇਹਨਾਂ ਦੀ ਕੈਪੀਟਲ ਵੰਦੀ ਹੈ ਤਾਂ ਕਰਕੇ ਜਿਹੜਾ 3rd will be ਦਾ ਰਾਈਟ ਆਨਸਰ ਠੀਕ ਹੈ ਹਾਂਜੀ ਥੋੜੀ ਜਿਹੀ ਆਰੀ ਵਿੱਚ ਅੱਜ ਚੈੱਕ 할ਾਂਗੀ ਮੈਂ ਉਸ ਤੋਂ ਬਾਅਦ ਨਹੀਂ ਆਏਗੀ ਹੁਣ ਚਾਹੇ ਨਾ ਆਵੇ ਅਗਲਾ ਕੁਐਸਚਨ ਬੱਚਾ ਦੇਖੋ ਨੈਕਸਟ ਕੁਐਸਚਨ ਆਂਦਾ ਬੱਚਾ ਗਾਂਧੀ ਜੀ ਨੇ ਕਨਸੀਡਰ ਬਾਰਦੀ ਚੀਜ਼ਾਂ ਜਿਹੜੀਆਂ ਨਾ ਇਸਤੇਮਾਲ ਕਰੋ ਇਹ ਇੰਡਸਟਰੀਲਾਈਜੇਸ਼ਨ ਦਾ ਸਿੰਬਲ ਸੀਗਾ ਜਾਂ ਕਿਸ ਦਾ ਸੀਗਾ ਹਾਂਜੀ ਜਲਦੀ ਨਾਲ ਦੱਸੋ बच्चा, हाँ जी मैं ठीक कर दागी आज पता नहीं ऐसा क्यों हो रहा है देखो सब तो पहला गांधी जी खादी क्यों लेके आए थे खादी वो इसलिए लेके आए थे क्योंकि मेजरली कि अगर खादी आएगी आप अंग्रेजा की चीजा का इस्तेमाल करना बंद करा ਤੇ ਅਗਰ ਆਪਾਂ ਖਾਦੀ ਲੈ ਕੇ ਆਵਾਂਗੇ ਸਾਡੀ ਚੀਜ਼ਾਂ ਵਿਕਣਗੀਆਂ ਤੇ ਸਾਡਾ ਆਪਾਂ ਇਕਨੋਮਿਕਲੀ ਇੰਡੀਪੈਂਡੈਂਟ ਹੋਵਾਂਗੇ ਸਾਡੇ ਲੋਕਾਂ ਦੀ ਚੀਜ਼ਾਂ ਜਿਹੜੀਆਂ ਵਿਕਣਗੀਆਂ ਇਕਨੋਮਿਕਲੀ ਇੰਡੀਪੈਂਡੈਂਸ ਲੈ ਕੇ ਆਲਦੀ ਆਪਾਂ ਖਾਦੀ ਦਾ ਇਸਤੇਮਾਲ ਜਿਹੜਾ ਹੈ ਉਹ ਬੱਚਾ ਕੀਤਾ ਠੀਕ ਹੈ ਹਾਂਜੀ ਅਗਲਾ ਕੁਸ਼ਣ ਬੱਚਾ ਗੱਲ ਕਰਦੇ ਨੇ ਨੈਕਸਟ ਕੁਸ਼ਣ ਆ ਜਾਂਦਾ ਹੈ ਇੰਡੀਆ ਵਿਨਸ ਫਰੀडम ਐਜ਼ ਅ ਆਟੋ ਬਾਇਓਗ੍ਰਾਫੀ ਆਫ ਹਾਂਜੀ ਇੰਡੀਆ ਨੇ ਵਿਨ ਕੀਤੀ ਫਰੀडम ਐਜ਼ ਅ ਆਟੋ ਬਾਇਓਗ੍ਰਾਫੀ ਆਫ एक ही ऑटोबायोग्राफी सी ऑटोबायोग्राफी का मतलब क्या हों कि अपने द्वारा लिखी गई आत्मकथा लगाओ भी राइट आंसर बहुत ही घट्ट इशू आ रहे हल्के जे जा आ जाते तो जा थो थोड़ा जा पेशेंस रखो जो हजे तक तो सैशन लाइक नहीं किया प्लीज़ सैशन लाइक कर दो ताकि जो है सेशन सारे कितने पहुंचे हाँ जी की आंसर आएगा ए विल बी द राइट आंसर अब्दुल कलाम आजाद दी इंडिया विंस फ्रीडम वेरी गुड आंसर ਤੁਹਾਡਾ ਹੈਗਾ ਕਿ इंडिया विंस फ्रीडम फ्रीडम ਦੇ ਬਾਰੇ ਗੱਲ ਕਰੀਏ 1957 ਦੇ ਵਿੱਚ ਇਹ ਪਬਲਿਸ਼ ਹੁੰਦੀ ਹੈ ਅਬਦੁਲ ਕਲਾਮ आजादी ਇਹ ਤੁਹਾਡੀ ਆਟੋ ਬਾਇਓਗ੍ਰਾਫੀ ਸੀ ਓਕੇ ਬੱਚਾ ਨੈਕਸਟ ਕੁਸ਼ਨ ਆਉਂਦਾ ਹੈ ਹੂ ਵਾਸ ਅ ਫਰਸਟ ਮੁਸਲਿਮ ਪ੍ਰੈਜ਼ੀਡੈਂਟ ਆਫ ਦਾ ਇੰਡੀਅਨ ਨੈਸ਼ਨਲ ਕਾਂਗਰਸ ਬਸ ਇਸ ਤੋਂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗੀ ਅੱਜ ਮੇਰਾ 12:45 ਤੱਕ ਸੈਸ਼ਨ ਹੋਇਆ ਇਹ ਸੈਸ਼ਨ ਹੈਗਾ ਪੀਪੀਐਸਸੀ ਕੋਆਪਰੇਟਿਵ ਇਨਸਪੈਕਟਰ ਦੇ ਲਈ ਅਗਰ ਤੁਸੀਂ ਵੀਪੀਐਸਸੀ ਲਈ ਤਿਆਰੀ ਵੀ ਨਹੀਂ ਕਰ ਰਹੇ ਹੋ ਤੁਸੀਂ ਪੀਟਪੀਐਸਬੀ ਲਈ ਤਿਆਰੀ ਕਰ ਰਹੇ ਹੋ ਤਾਂ ਵੀ ਮੈਂ ਤੁਹਾਨੂੰ ਰੈਫਰ ਕਰਾਂਗੀ ਇਹ 45 ਡੇ ਸਟ੍ਰੈਟਜੀ ਦੇਖੋ ਕੀ ਪਤਾ ਤੁਸੀਂ 45 ਦਿਨਾਂ ਦੇ ਵਿੱਚ ਉਹ ਚੀਜ਼ਾਂ ਕਰ ਜਾਓ ਤੁਸੀਂ ਬਹੁਤ ਜ਼ਿਆਦਾ ਲੈਗ ਕਰ ਰਹੇ ਹੋ ਇਹ 1245 ਤੇ ਹੋਇਆ ਆਪਣੇ 10 15 ਮਿੰਟ ਦੇ ਤੇ ਜ਼ਰੂਰ ਇਨਵੈਸਟ ਕਰਿਓ ਇਹਦੀ ਰਿਕਾਰਡਿੰਗ ਤੁਹਾਡੇ ਕੋਲ ਵੀਡੀਓਜ਼ ਦੇ ਵਿੱਚ ਅਵੇਲੇਬਲ ਹੋਗੀ ਇਹਨੂੰ ਜਾ ਕੇ ਜ਼ਰੂਰ ਵਾਚ ਕਰਿਓ ਹਾਂਜੀ ਜਦੋਂ ਆਪਾਂ ਗੱਲ ਕਰਦੇ ਹਾਂ ਫਰਸਟ ਪ੍ਰੈਜ਼ੈਂਟ ਆਫ ਦਾ ਮੁਸਲਿਮ ਜੀ ਇਹ ਕੌਣ ਹੈਗੇ ਠੀਕ ਹੈ ਕੌਣ ਹੈ ਬ ਵਾਹ ਮੁਹੰਮਦ ਅਲੀ ਜੀ ਦਾ ਨਾਮ ਬਦਰੁਦੀਨ ਤਿਆਪ ਜੀ ਸਰ ਸૈયਦ احمد ਖਾਨ ਨੂੰ ਬੱਚਾ ਜਦੋਂ ਆਪਾਂ ਫਰਸਟ ਮੁਸਲਿਮ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਆਲੇ ਕਲ ਕਰਦੇ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1885 ਦੇ ਵਿੱਚ ਹਨਾ ਉਸ ਤੋਂ ਬਾਅਦ ਇਹਦੀ ਜਿਹੜੀ ਸੀ ਉਹ ਸੀ ਬਦਰੁਦੀਨ ਤਿਆਪ ਜੀ ਬਦਰੁਦੀਨ ਤਿਆਪ ਜੀ ਜਿਹੜੇ ਹੁੰਦੇ ਨੇ ਤੁਹਾਡੇ 3rd ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਬੰਦੇ ਨੇ 1902 ਦੇ ਜਿਹੜਾ ਸੈਸ਼ਨ ਹੁੰਦਾ ਉਸ ਦੇ ਵਿੱਚ ਤੁਹਾਡਾ ਇਹ ਬਿਕਮ ਬੰਦੇ ਨੇ ਫਰਸਟ ਇੰਡੀਅਨ ਜਿਹਨਾਂ ਨੇ ਚੀਫ ਜਸਟਿਸ ਇਨ ਮੁੰਬਈ ਦੀ ਆਫਿਸ ਦੇ ਵਿੱਚ ਪੋਸਟ ਵੀ ਹੋਲਡ ਕੀਤੀ ਸੀ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਫਰਸਟ ਇੰਡੀਅਨ ਕੌਣ ਸੀਗਾ ਜਿਨ੍ਹਾਂ ਨੇ ਚੀਫ ਜਸਟਿਸ ਇਨ ਮੁੰਬਈ ਦੇ ਵਿੱਚ ਪੋਸਟ ਜਿਹੜੀ ਹੈ ਹੋਲਡ ਕੀਤੀ ਉਹ ਤੁਹਾਡੇ ਬਦਰੁਦੀਨ ਤਿਆਬਜੀ ਹੀ ਸੀਗੇ ਅੱਛਾ ਬੱਚਾ ਅਗਲਾ ਕੁਐਸਚਨ ਦੇਖੋ ਕਾਫੀ ਅੱਛਾ ਕੁਐਸਚਨ ਹੈਗਾ ਇਸ ਨੂੰ ਸੋਲਵ ਕਰੋ ਨੈਕਸਟ ਕੁਐਸਚਨ ਬੱਚਾ ਕੁਐਸਚਨ ਕਹਿੰਦਾ ਹੈ ਕਿ ਜਦੋਂ ਆਪਾਂ ਐਡਮਿਨਿਸਟ੍ਰੇਟਿਵ ਕਨਸੀਕੁਐਂਸ ਦੇ ਬਾਰੇ ਗੱਲ ਕਰਦੇ ਹਾਂ ਆਫ ਰਿਵੋਲਟ 1857 ਵਾਸ ਅ ਟ੍ਰਾਂਸਫਰ ਆਫ ਪਾਵਰ ਫਰਮ ਹਾਂਜੀ ਜਦੋਂ 1857 ਦਾ ਰਿਵੋਲਟ ਯਾਨੀ ਕਿ ਭਾਰਤ ਦੀ ਪਹਿਲੀ ਕ੍ਰਾਂਤੀ ਖਤਮ ਹੋਈ ਉਸ ਤੋਂ ਬਾਅਦ ਇੱਕ ਐਕਟ ਆਇਆ ਜਿਸ ਐਕਟ ਨੂੰ ਕਿਹਾ ਗਿਆ ਗਵਰਨਮੈਂਟ ਆਫ ਇੰਡੀਆ ਐਕਟ ਜਿਹਨੂੰ ਆਪਾਂ ਕਹਿੰਦੇ ਆ 1858 ਇਸ ਦੇ ਵਿੱਚ ਕੀ ਹੋਇਆ ਪਾਵਰ ਦਾ ਟਰਾਂਸਫਰ ਹੋਇਆ ਮਤਲਬ ਕੀ ਹੈ ਕਿ ਈਸਟ ਇੰਡੀਆ ਕੰਪਨੀ ਨੂੰ ਅਬੋਲਿਸ਼ ਕੀਤਾ ਗਿਆ ਹੁਣ ਰੀਅਲ ਜਿਹੜੇ ਬ੍ਰਿਟਿਸ਼ਰਸ ਹੁੰਦੇ ਸੀ ਉਹ ਆ ਗਏ ਜਿਹਨੂੰ ਆਪਾਂ ਕਹਾਂ ਕਿ ਬ੍ਰਿਟਿਸ਼ ਅਰ ਕਰਾਊਨ ਜਿਹੜਾ ਹੈ ਪਾਵਰ ਦੇ ਵਿੱਚ ਆਇਆ ਗਵਰਨਮੈਂਟ ਆਫ ਇੰਡੀਆ ਐਕਟ ਨੂੰ ਆਪਾਂ ਇੱਕ ਤਰੀਕੇ ਨਾਲ ਗੁੱਡ ਗਵਰਨਰਸ ਐਕਟ ਦੇ ਨਾਮ ਤੋਂ ਵੀ ਜਾਣਿਆ ਤਾਂ ਕਰਕੇ ਆਪਾਂ ਕਹਿੰਦੇ ਕਿ ਵੀ ਈਸਟ ਇੰਡੀਆ ਕੰਪਨੀ ਜਿਹੜੀ ਹੈ ਉਹ ਬ੍ਰਿਟਿਸ਼ ਕਰਾਉਨ ਦੀ ਔਰ ਪਾਵਰ ਜਿਹੜੀ ਹੈ ਉਹ ਤੁਹਾਡੀ ਡਿਵਾਈਡ ਗਈ ਆਨਸਰ ਜਿਹੜਾ ਹੈ ਤੁਹਾਡਾ ਆਇਆ ਬੱਚਾ ਫਸਟ ਠੀਕ ਹੈ ਅਗਲਾ ਕੁਸ਼ਣ ਬੱਚਾ ਦੇਖਦੇ ਆ ਨੈਕਸਟ ਕੁਸ਼ਣ ਦੀ ਔਰ ਹਾਂਜੀ ਲਗਾਓ ਨਜ਼ਰ ਕੀ ਆਏਗਾ ਆਨਸਰ ਯੈਸ ਬੱਚਾ ਨੈਕਸਟ ਕੁਸ਼ਣ ਕਵੈਸਚਨ ਕਹਿੰਦਾ ਹੈ ਕਿ ਜਦੋਂ ਆਪਾਂ ਗੱਲ ਕਰਦੇ ਆਂ ਇਸ਼ੂ ਔਨ ਦਾ ਸਿਵਲ ਡਿਸਓਬਿਡੈਂਸ ਮੂਵਮੈਂਟ 1930 1930 ਵਾਸ ਲਾਂਚਡ ਹਾਂਜੀ ਜਿਹੜਾ ਇਸ਼ੂ ਸੀਗਾ ਜਿਵੇਂ ਆਪਾਂ ਇਸ਼ੂ ਕਿਹੜਾ ਚੱਕਿਆ ਸੀਗਾ ਸਿਵਲ ਡਿਸਓਬਿਡੈਂਸ ਮੂਵਮੈਂਟ ਦਾ ਉਹ ਕਵੈਸਚਨ ਤੁਹਾਡੇ ਤੋਂ ਪੁੱਛਿਆ ਗਿਆ ਇਟਸ ਅ ਵੈਰੀ ਈਜ਼ੀ ਕਵੈਸਚਨ ਅਗੇਨ ਬੱਚਾ ਆਪਾਂ ਇਹ ਚਾਹੁੰਦੇ ਸੀਗੇ ਕੀ ਗਾਂਧੀ ਜੀ ਤੱਕ ਮੰਨਣਾ ਇਹ ਸੀਗਾ ਕਿ ਸਿਵਲ ਡਿਸਓਬਿਡੀਐਂਸ ਮੂਵਮੈਂਟ ਦੇ ਵਿੱਚ ਉਹ ਕਿਹੜਾ ਇਦਾਂ ਦਾ ਲਾਂਚ ਕਰਨ ਜਿਸ ਕਰਕੇ ਕੀ ਹੋਵੇ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਇੰਡੀਅਨ ਪੋਪੂਲੇਸ਼ਨ ਹੈ ਉਹਨੂੰ ਲੈ ਸਾਲਟ ਮੋਨੋਪੋਲੀ ਤੋਂ ਤੋੜੀ ਕਿਉਂਕਿ ਸਾਲਟ ਸਾਡਾ ਹੀ ਇਸਤੇਮਾਲ ਕਰਕੇ ਸਾਨੂੰ ਹੀ ਮਹਿੰਗੇ ਦਾਮਾਂ 'ਚ ਵੇਚ ਰਹੇ ਸੀ ਇਹਨਾਂ ਸਾਲਟ ਟੈਕਸ ਲਾ ਰਹੀ ਸੀ ਤਾਂ ਕਰਕੇ ਸਾਲਟ ਸਾਲਟ ਮੋਨੋਪੋਲੀ ਜਿਹੜੀ ਹੈ ਤੋੜੀ ਉਹਨਾਂ ਨੇ ਹਿਸਟੋਰੀਕਲ ਡੇ ਸੀਗਾ 12 ਮਾਰਚ 1930 ਦਾ ਦਿਨ ਸੀਗਾ ਗਾਂਧੀ ਜੀ ਨੇ ਨੇਗੋਰੀਏਟ ਕੀਤਾ ਸਿਵਲ ਡਿਸਓਬਿਡੀਐਂਸ ਮੂਵਮੈਂਟ ਨੂੰ ਡਾਂਡੀ ਯਾਤਰਾ ਸਬਰਮਤੀ ਆਸ਼ਮ ਤੋਂ અમદાવાદ ਦੇ ਵਿੱਚ ਤੇ ਉੱਥੋਂ ਉਹਨਾਂ ਨੇ ਸਟਾਰਟ ਕੀਤੀ ਤੇ ਇਹਦੇ ਵਿੱਚ ਜਿਹੜਾ ਹੈ ਸੌਲਟ ਸੱਤੇ ਗ੍ਰਹਿ ਦੀ ਮਨੋਪਲੀ ਨੂੰ ਤੋੜਿਆ ਅਗਲਾ ਕੁਸ਼ਣ ਕਹਿੰਦਾ ਹੈ ਮਨੋਪਲੀ ਦਾ ਮਤਲਬ ਹੁੰਦਾ ਹੈ ਇਕਾਧਿਕਾਰ ਬੱਚਾ ਨੈਕਸਟ ਕੁਸ਼ਣ ਓਕੇ ਥੈਂਕ ਯੂ ਐਨੀ ਇਤਨੀ ਅੱਛੀ ਤਾਰੀਫ ਕਰਨੇ ਲਈ ओके हु वाज द लास्ट गवर्नर जनरल ऑफ इंडिया हां जी लास्ट गवर्नर जनरल ऑफ इंडिया कौन से गए भाई अगेन अ वेरी इंपोर्टेंट क्वेश्चन बच्चा ਨਹੀਂ ਬੱਚਾ ਲਾਸਟ ਗਵਰਨਰ ਜਨਰਲ ਆਫ ਇੰਡੀਆ ਪੁੱਛਿਆ ਗਿਆ ਬ੍ਰਿਟਿਸ਼ ਇੰਡੀਆ ਨਹੀਂ ਪੁੱਛਿਆ ਗਿਆ ਜਦੋਂ ਬ੍ਰਿਟਿਸ਼ ਇੰਡੀਆ ਲਿਖਿਆ ਜਾਵੇ ਤਾਂ ਆਨਸਰ ਦਿਆ ਕਰੋ ਸੀ ਰਾਜਾ ਕੋਪਾਲਚਾਰੀ ਵਿਲ ਬੀ ਦਾ ਰਾਈਟ ਆਨਸਰ ਗਵਰਨਰ ਜਨਰਲ ਆਫ ਇੰਡੀਆ ਮਤਲਬ ਇੰਡੀਆ ਜਿਹੜਾ ਫ੍ਰੀ ਹੋ ਚੁੱਕਿਆ ਸੀਗਾ ਬ੍ਰਿਟਿਸ਼ ਡੋਮੀਨੈਂਟ ਤੋਂ 1948 ਤੋਂ ਲੈ ਕੇ 1950 ਤੱਕ ਇਹ ਤੁਹਾਡੇ ਲਾਸਟ ਗਵਰਨਰ ਜਨਰਲ ਜਿਹੜੇ ਹੈ ਰਹਿੰਦੇ ਹੈਗੇ ਆ ਠੀਕ ਹੈ ਅਗਲਾ ਕੁਐਸਚਨ ਬੱਚਾ ਕਰਦੇ ਆ ਨੈਕਸਟ ਕੁਐਸਚਨ ਦੀ ਔਰ ਆਂਡਰੀ ਨੈਕਸਟ ਕੁਐਸਚਨ ਬੱਚਾ ਮੈਂ ਥੋੜਾ ਜੈਨੂੰ ਪਿੱਛੇ ਕਰ ਦਾਂ ਕੁਐਸਚ ਨੈਕਸਟ ਕੁਐਸ਼ਨ ਡਾਇਰੈਕਟਿਵ ਪ੍ਰਿੰਸੀਪਲ ਬੀਅਰਸ ਆ ਡਾਇਰੈਕਟ ਇੰਪੈਕਟ ਆਫ ਗਾਂਧੀ ਮੋਰਲ ਫਿਲਾਸਫੀ ਗਾਂਧੀ ਜੀ ਦੀ ਮੋਰਲ ਫਿਲਾਸਫੀ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਵੀ ਤੁਹਾਨੂੰ ਦੇਖਣ ਨੂੰ ਮਿਲਦੀ ਹੈਗੀ ਐ ਬਟ ਉਹ ਕਿਹੜੀ ਐ ਡਾਇਰੈਕਟਿਵ ਪ੍ਰਿੰਸੀਪਲਸ ਕਿਹੜੇ ਹੁੰਦੇ ਨੇ ਜਿਹੜੇ ਕਨਸਟੀਟਿਊਸ਼ਨ ਦੇ ਵਿੱਚ ਇਹ ਦੱਸਦੇ ਨੇ ਸਟੇਟ ਨੂੰ ਕਿਹੜੇ ਪ੍ਰਿੰਸੀਪਲ ਦਾ ਫਾਲੋਅ ਅਪ ਕਰਨਾ ਚਾਹੀਦਾ ਕੋਈ ਵੀ ਰੂਲਸ ਐਂਡ ਰੈਗੂਲੇਸ਼ਨਸ ਬਣਾ ਲੀ ਹਣਾ ਤੇ ਇੱਥੇ ਵਿੱਚ ਕੀ ਆਨਸਰ ਜਿਹੜਾ ਹੈ ਆਏਗਾ ਦੱਸੋ ਬਈ नो no, बच्चा इक्वल पे और इक्वल वर्क गांधी जी ਦਾ ਮੰਨਣਾ ਨਹੀਂ ਸੀਗਾ गांधी जी ਕਹਿੰਦੇ ਸੀਗੇ ਵੀ ਕਾਊ ਕਾਊ ਦੀ ਹੱਤਿਆ ਨਾ ਕਰੋ ਪ੍ਰੋਹੀਬੀਸ਼ਨ ਆਫ 슬ਟਰ ਆਫ ਕਾਊਸ ਜਾਂ ਗਾਂਧੀ ਜੀ ਦਾ ਮੰਨਣਾ ਸੀਗਾ ਵਿਲੇਜ ਪੰਚਾਇਤ ਨੂੰ ਆਰਗੇਨਾਈਜ਼ ਕਰੋ 40 ਵਾਲੇ ਐਕਟ ਦੇ ਵਿੱਚ ਆਨਸਰ ਜਿਹੜਾ ਹੈ 3rd ਆਏਗਾ ਪ੍ਰੋਹੀਬੀਸ਼ਨ ਆਫ ਦਾ 슬ਟਰ ਆਫ ਕਾਊਸ ਪ੍ਰੋਟੈਕਸ਼ਨ ਆਫ ਮਨੂਮੈਂਟ ਹਿਸਟੋਰੀਕਲੀ ਫੰਡਾਮੈਂਟਲ ਡਿਊਟੀ ਆ ਜਾਂਦੀ ਹੈਗੀ ਹੈ ਠੀਕ ਹੈ ਤੇ 3rd will be the right answer ਕਿ ਕਾਊ ਦੀ ਹੱਤਿਆ ਜਿਹੜੀ ਹੈ ਨਹੀਂ ਕਰਨੀ ਚਾਹੀਦੀ A2 डायरेक्टिव प्रिंसिपल्स ਇਹਦੇ ਵਿੱਚ ਸੀਗੇ ਇੱਕ ਕਾਟੇਜ ਇੰਡਸਟਰੀ ਦਾ ਪ੍ਰਮੋਸ਼ਨ ਕਰੋ ਇੱਕ ਤੁਸੀਂ ਪ੍ਰिवेंशन ਕਰੋ 슬ਟਰ ਆਫ ਕਾوز ਹਨਾ ਯਾਦ ਆ ਗਿਆ ਇਹ ਡਾਇਰੈਕਟਿਵ ਪ੍ਰਿੰਸੀਪਲ ਦੇ ਵਿੱਚ ਹੈਗਾ ਧਿਆਨ ਨਾਲ ਪੜਿਆ ਕਰੋ ਥੋੜਾ ਹਾਂਜੀ ਕਿਨੇ ਇੰਡੀਆ ਨੇ ਹੂ ਰਿਪਰੈਜ਼ੈਂਟਡ ਇੰਡੀਆ ਇਨ ਦਾ ਸੈਕੰਡ ਰਾਉਂਡ ਟੇਬਲ ਕਾਨਫਰੰਸ ਬਚਾ ਬੱਸ ਇਹਨੇ ਜੋ ਓਕਰੀ ਮਾਰੇ ਤੇ ਹੁਣ ਮੈਨੂੰ ਸੀਰੀਅਸਲੀ ਬਹੁਤ ਹਸਾ ਆ ਰਿਹਾ। ਓਕੇ ਹਾਂਜੀ ਬੱਚਾ ਕੁਸ਼ਨ ਆਉਂਦਾ ਹੂ ਰਿਪਰੈਜ਼ੈਂਟਡ ਇੰਡੀਆ ਇਨ ਦਾ ਸੈਕੰਡ ਰਾਉਂਡ ਟੇਬਲ ਕਾਨਫਰੈਂਸ ਸੈਕੰਡ ਰਾਉਂਡ ਟੇਬਲ ਕਾਨਫਰੈਂਸ ਬੱਚਾ 1931 ਦੇ ਵਿੱਚ ਹੋਈ ਸੀਗੀ ਠੀਕ ਹੈ ਇਹ ਗਾਂਧੀ ਇਰਵਿਨ ਪੈਕਟ ਦੇ ਬਾਅਦ ਹੋਈ ਸੀਗੀ ਇਸ ਦੇ ਵਿੱਚ ਆਪਾਂ ਇਹ ਕਹਿਆ ਸੀ ਕਿ ਇੰਡੀਅਨ ਨੈਸ਼ਨਲ ਕਾਂਗਰਸ ਜਿਹੜਾ ਹੈਗਾ ਵਾ ਠੀਕ ਹੈ ਤੇ ਜਿੰਦਰ ਤੇਜੀ ਬੱਸ ਬੱਸ ਹੋ ਗਿਆ ਓਕੇ ਤੇਗੇ ਦੇ ਕੌਣ ਕਿਨੇ ਕੀਤਾ ਸੀ ਸਰੋਜਨੀ ਨੈੜੂ ਮਹਾਤਮਾ ਗਾਂਧੀ ਹੋਗੇ ਅੱਛਾ ਇਹ ਕੁਐਸਚਨ ਆਵੇ ਕਿ ਕਿਸ ਨੇ ਜਿਹੜਾ ਤਿੰਨੋਂ ਦੇ ਤਿੰਨੋਂ ਰਾਉਂਡ ਟੇਬਲ ਕਾਨਫਰੈਂਸ ਅਟੈਂਡ ਕੀਤੀ ਤੁਹਾਡਾ ਯਾਦ ਰੱਖਣਾ ਬੀ ਆਰ ਅੰਬੇਦਕਰ ਦੇ ਦੁਆਰਾ ਅਗਲਾ ਕੁਐਸਚਨ ਆਂ ਦੇ ਵਿੱਚ ਆ ਹੂ ਡਿਕਲੇਅਰ ਐਸ ਅ ਅਲਟੀਮੇਟ ਏਮ ਦਾ ਵਾਈਪਿੰਗ ਆਫ ਏਵਰੀ ਟੀਅਰ ਫ্রম ਏਵਰੀ ਆਈ ਕਿਨੇ ਇਹ ਇਹ ਕਿਹਾ ਕਿ ਬਈ ਮੈਂ ਜਿਹੜਾ ਹੈ ਹਰ ਇੱਕ ਦੇ ਜਿਹੜੇ ਹੈ ਆਂਸੂ ਜਿਹੜੇ ਹੈ ਪਹੁੰਚਾਂਗਾ ਹਾਂਜੀ आंसर आएगा हु इंडिया हाँ जी एम ऑफ एवरी टीयर फ्रॉम एवरी आई बी आर अंबेडकर ने यह गल कही थी अच्छा और तो कुछ नहीं नहीं लगाओ भी आंसर अच्छा पिछला आंसर दे रहे होके तो ओके जवाहरलाल नेहरू गांधी जी बाल गंगाधर तिलक या सरदार वल्लभ भाई पटेल बाल गंगाधर तिलक ने क्या ये चीज़ नहीं बच्चा एनी वन कोई आंसर देना चाहेगा किसने जड़ा है क्या अगर तीस अजे तक सैशन लाइक नहीं किया प्लीज सैशन लाइक कर दो तो इस चैनल को सबसक्राइब कर लो सरदार पटेल नो बच्चा गांधी जी ने कहा किसी ने भी गांधी जी का नाम नहीं लिता गांधी जी ने क्या किया कि गांधी जी सैट दैट हिज मिशन इन लाइफ वाज टू वाइप एवरी टीयर फ्रॉम एवरी आई ठीक है गांधी जी ने क्या कहा ठीक है अगला क्वेश्चन आंदा है इन एंड मीन्स रिलेशनशिप गांधी बिलीवड गांधी जी कि बिलव करते मीन मीन्स बिकम गॉड इफ दे सर्व द एंड मीन्स द एंड आर वाटर टाइट कंपार्टमेंट मीन डिटरमाइन द एंड एंड इज एवरीथिंग नो मैटर वट और हाउ मीन्स तीन जड़ी है तो सामने आ जाएगी की आएगा आंसर ਹਾਂਜੀ ਮਹਾਤਮਾ ਗਾਂਧੀ ਹੂੰ ਆਨਸਰ ਦਿੰਦਾ ਹੈ ਮੇਰੇ ਆਨਸਰ ਦੇਣ ਤੋਂ ਬਾਅਦ ਹੁਣ ਇੱਥੇ ਇੱਥੇ ਦੱਸੋ ਕੀ ਆਨਸਰ ਆਏਗਾ ਦੇਖੋ ਜਦੋਂ ਵੀ ਮੀਨਸ ਬਿਕਮ ਐਂਡ ਇਹਦੇ ਵਿੱਚ ਨਹੀਂ ਸੀਗਾ ਗਾਂਧੀ ਜੀ ਦਾ ਮੰਨਣਾ ਇਹ ਸੀ ਸਤਿਗ੍ਰਹਿ ਦੀ ਕਿ ਜਿਹੜਾ ਤੁਹਾਡਾ ਐਂਡ ਹੈ ਠੀਕ ਹੈ ਉਹ ਤਾਂ ਆਣਾ ਹੀ ਆਣਾ ਹੈ ਠੀਕ ਹੈ ਐਂਡ ਤਾਂ ਆਏਗਾ ਹੀ ਆਏਗਾ ਰਾਈਟ ਇਹ ਥਿਊਰੀ ਆਫ ਸਤਿਗ੍ਰਹਿ ਸੀਗੀ ਥਰਡ ਵਿਲ ਬੀ ਦਾ ਰਾਈਟ ਆਨਸਰ ਜਿਹਦੇ ਵਿੱਚ ਗੱਲ ਕੀਤੀ ਜਾਂਦੀ ਹੈ ਐਂਡ ਜਿਹੜਾ ਇਨਸੈਪਰੇਬਲ ਹੈ ਠੀਕ ਹੈ ਮਤਲਬ ਕੋਈ ਨਾ ਕੋਈ ਜਿਹੜਾ ਹੈ ਉਹਨਾਂ ਨੇ ਇਹ ਲਿਖੀ ਸੀ ਦੇ ਸੇ ਮੀਨਸ ਆਰ ਆਫਟਰ ਆਲ ਮੀਨਸ ਆਈ ਊਡ ਸੇ ਮੀਨਸ ਆਰ ਆਫਟਰ ਆਲ एवरीथिंग ਇਹ ਡਿਟਰਮਾਈਨਡ ਹੈ ਜਿੱਦਾਂ ਤੁਸੀਂ ਕਾਰਦੇ ਹੋ ਉਹੀ ਤੁਹਾਡਾ ਆਖਰੀ ਜਿਹੜਾ ਹੈ ਰਿਜ਼ਲਟ ਆਏਗਾ ਜਿੱਦਾਂ ਕਰੋਗੇ ਹਨਾ ਨੈਕਸਟ ਕਰਦੇ ਹਾਂ ਬੱਚਾ ਆ the first viceroy and governor general of british india acha ek aur cheez hai bahut important call hai agar to se ppas se cooperative inspector the 45 day strategy nahi dekhi i request you all eno zarur watch kariye apni zindagi de 15 minute eno diyo bahut kuch sikhnu milega todi jadi strategy hai change ho jayegi uf again ha lagao ve bachcha right answer bachcha aaj thoda ja na ho reha mainu theek kar dungi agar halka ja ਬਲਰ ਹੋ ਵੀ ਜਾਵੇ ਮਤਲਬ ਹੋਵੇ ਤਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਹਾਈ ਗੁਰਵਿੰਦਰ ਕੌਰ ਸਤਿ ਸ਼੍ਰੀ ਅਕਾਲ ਫਰਸਟ ਵਾਈਸ ਰਾਇ ਐਂਡ ਗਵਰਨਰ ਜਨਰਲ ਆਫ ਬ੍ਰਿਟਿਸ਼ ਇੰਡੀਆ ਕੌਣ ਸੀਗੇ ਬੱਚਾ ਲਾਰਡ ਡਲਹੋਜ਼ੀ ਸਰ ਜான் ਲਾਰੈਂਸ ਠੀਕ ਹੈ ਵਾਰਨ ਹਾਸਟਿੰਗ ਜਾਂ ਲਾਰਡ ਕੈਨਿੰਗ ਫਰਸਟ ਵਾਈਸ ਰਾਇ ਤੇ ਗਵਰਨਰ ਜਨਰਲ ਆਫ ਬ੍ਰਿਟਿਸ਼ ਇੰਡੀਆ ਬੱਚਾ ਫਰਸਟ ਵਾਈਸ ਰਾਇ ਤੇ ਗਵਰਨਰ ਜਨਰਲ ਗਵਰਨਮੈਂਟ ਆਫ ਇੰਡੀਆ ਐਕਟ 1858 ਦੇ ਵਿੱਚ ਆਪਾਂ ਜਿਹੜਾ ਨਵਾਂ ਇੰਟਰੋਡਿਊਸ ਕੀਤੀ ਪੋਸਟ ਜਿਹਨੂੰ ਆਪਾਂ ਕੀ ਕਿਹਾ ਵਾਈਸ ਰਾਇ ਤੇ ਜਿਹੜੇ ਤੁਹਾਡੇ ਲਾਰਡ ਕੈਨਿੰਗ ਹੈਗੇ ਆ ਉਹ ਤੁਹਾਡੇ ਫਰਸਟ ਵਾਇਸ ਰాయਟ ਲਾਸਟ ਗਵਰਨਰ ਜਨਰਲ ਸੀਗੇ ਠੀਕ ਹੈ ਲਾਰਡ ਕੈਨਿੰਗ will be the right answer 1773 ਦੇ ਐਕਟ ਦੇ ਵਿੱਚ ਗਵਰਨਰ ਜਨਰਲ ਆਫ ਬੰਗਾਲ ਦੀ ਪੋਸਟ ਇੰਟਰਡਿਊਸ ਕੀਤੀ ਗਈ ਜਿਨੇ ਚ ਵਾਰਨ ਹਾਸਟਿੰਗ ਨੂੰ ਗਵਰਨਰ ਜਨਰਲ ਆਫ ਬੰਗਾਲ ਬਣਾਇਆ ਗਿਆ ਤੇ ਵਿਲੀਅਮ ਬੈਂਟਿਕ ਜਿਹੜੇ ਸੀ ਉਹ ਗਵਰਨਰ ਜਨਰਲ ਆਫ ਹਾਲ ਇੰਡੀਆ ਬਣਦੇ ਫਿਰ ਉਸ ਬਾਅਦ 1857 ਦਾ ਰਿਵੋਲਟ ਹੋਇਆ ਫਿਰ 1858 ਦਾ ਐਕਟ ਆਇਆ ਜਿਹਦੇ ਵਿੱਚ ਕੀ ਕੀਤਾ ਗਿਆ ਗਵਰਨਰ ਜਨਰਲ ਦੀ ਪੋਸਟ ਨੂੰ ਖਾਰਜ ਕਰਕੇ ਵਾਇਸ ਰాయਲ ਦੀ ਪੋਸਟ ਨੂੰ ਇੰਟਰੋਡਿਊਸ ਕੀਤਾ ਗਿਆ ਤੇ ਲਾਰਡ ਕੈਨਿੰਗ ਉਸ ਵਕਤ ਸੀਗੇ ਗਵਰਨਰ ਜਨਰਲ ਤੇ ਲਾਰਡ ਕੈਨਿੰਗ ਬਣ ਗਏ ਤੁਹਾਡੇ ਵਾਇਸ ਰాయਲ ਠੀਕ ਹੈ ਅਗਲਾ ਕੁਸ਼ਣ ਬੱਚਾ ਦੇਖੋ ਸਪਲਿਟ ਜਿਹੜਾ ਹੁੰਦਾ ਹੈ ਐਕਸਟ੍ਰਮਿਸਟ ਯਾਨੀ ਕਿ ਗਰਮ ਦਲ ਤੇ ਨਰਮ ਦਲ ਜਿਹਨੂੰ ਆਪਾਂ ਮੋਡਰੇਟਸ ਕਹਿੰਦੇ ਆ ਇਹ ਸੂਰਤ ਦੇ ਵਿੱਚ ਸੈਸ਼ਨ ਦੇ ਵਿੱਚ ਹੁੰਦਾ ਹੈ ਕਿਹੜਾ ਸ विक्ट्री लिख्या गया है का, बच्चा बाय मिस्टेक लिखा गया हो ना वॉइस रॉय आना है बच्चा ठीक है बाय मिसटेक लिखा होना टाइपिंग मिस्टेक है ओके okay, गुरविंदर कौर मेरी दो क्लासेस होंगे ने बच्चा एक दोपहरे होंगे एक पीएम ते यूट्यूब के उत्ते एक बच्चा मेरी होंगी तीन पीएम ते ਇੱਕ ਮੇਰੀ ਕਲਾਸ ਪ੍ਰੋਮੋਸ਼ਨ ਵਾਲੀ ਕਲਾਸ ਚੱਲਦੀ ਹੈ ਪ੍ਰੋਮੋਸ਼ਨ ਦਾ ਮਤਲਬ ਕੀ ਹੈਗਾ ਕਿ ਇਹਦੇ ਵਿੱਚ ਮੈਂ 12:45 ਦੇ ਵਿੱਚ ਤੁਹਾਨੂੰ ਇਹ ਗੱਲ ਦੱਸਦੀ ਹੈਗੀ ਆ ਕਿ ਤੁਸੀਂ ਕਿਸ ਤਰੀਕੇ ਨਾਲ ਪ੍ਰੈਪਰੇਸ਼ਨ ਜੜੀ ਕਰ ਸਕਦੇ ਹੈਗੇ ਹੋ ਠੀਕ ਹੈ ਜੋ ਮਿਸਲੇਨੀਅਸ ਕਲਾਸਸ ਹੁੰਦੀ ਹੈ 15-20 ਮਿੰਟ ਦੀ ਜਿਦੇ ਵਿੱਚ ਆਪਾਂ ਕਹਿੰਦੇ ਆ ਕਿ ਬਈ ਤੁਹਾਨੂੰ ਇਹ ਦੱਸ ਸਕੀਏ ਕਿ ਕਿੱਦਾਂ ਪ੍ਰੈਪਰੇਸ਼ਨ ਕਰਨੀ ਹੈ ਕੁਝ ਟਿਪਸ ਵਗੈਰਾ ਇਹ ਤਿੰਨ ਕਲਾਸਸ ਹੀ ਤੁਹਾਨੂੰ ਮੇਰੀ ਦੇਖਣ ਨੂੰ ਮਿਲਣਗੀਆਂ हां जी बाकी ਪੇਡ ਦੇ ਵਿੱਚ ਦਾ ਅਲੱਗ ਹੁੰਦੀ ਹੈ ਆਨਸਰ ਵਿਲ ਬੀ ਬਚਾ 1907 1905 ਦੇ ਵਿੱਚ ਆਪਾਂ ਕੀ ਕਰਦੇ ਬੰਗਾਲ ਦਾ ਵਿਭਾਜਨ ਹੁੰਦਾ ਲਾਰਡ ਕਜ਼ਨ ਦੇ ਦੁਆਰਾ 1905 ਤੇ 6 ਦੇ ਵਿੱਚ ਸਵਦੇਸ਼ੀ ਮੂਵਮੈਂਟ ਲਾਂਚ ਹੁੰਦਾ ਹੈ ਜਿਹੜੇ ਮੋਡਰੇਟ ਰੀਡ ਹੁੰਦੇ ਨੇ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਹੁੰਦੇ ਐਕਸਟ੍ਰੀਮ ਨੂੰ ਗੁੱਸਾ ਆ ਜਾਂਦਾ ਹਾਂਜੀ ਓਕੇ ਰੁਕ ਗਈ ਠੀਕ ਹੈ ਹੁਣ ਚੱਲ ਰਹੀ ਹੈ ਮੈਨੂੰ ਲੱਗਦਾ ਹੈ ਕਿ ਮੇਰੇ ਕੰਪਿਊਟਰ ਦੇ ਵਿੱਚ ਟੈਂਪਰਰੀ ਫਾਈਲਸ ਬਹੁਤ ਜ਼ਿਆਦਾ ਹੋ ਗਿਆ ਨੇ ਤਾਂ ਕਰਕੇ बार-बार ਜਿਹੜਾ ਹੈ ਹੋ ਰਿਹਾ ਹੈ ਇੱਕ ਸੈਕਿੰਡ ਦਿਓਗੇ ਮੈਨੂੰ ਕਈ ਵਾਰੀ ਟੈਂਪਰਰੀ ਫਾਈਲ ਜ਼ਿਆਦਾ ਹੋਣ ਕਰਕੇ ਵੀ ਬਫਰ ਕਰਦਾ ਹੈ ਜਸਟ ਅ ਸੈਕਿੰਡ ਬੱਚਾ Let me delete that temporary files ओके هون شاید نہیں ہوے گا اوکے ہو گیا چلو اگے بڑھ دے بچا سوری نیکسٹ کوسچن ਆندا ہے گا اگلا کوسچن ਤੁਹਾਡੇ سامنے ਆندا دیکھو 1945 ہو گیا ده انسر فرسٹ وائس رాయ جو سی کہ پورتوجیز ہے ایسٹ انڈیا کمپنی دے کون سی ہے اے دسنا تھانو فرسٹ وائس رాయ پہلے وائس رాయ سانو دسنے ہے گے کیڑے سی کہ پورتوجیز ان دا ایسٹ انڈیا ਵਾਸ ਐਲਬਿਕੀਰੋ ਜੋ ਦੇ ਕਾਸਟਰੋ ਫਰਾਂਸਿਸਕੋ ਡੀ ਐਲਮੇਦਾ ਨੂਨੋ ਦਾ ਕੁਨਹਾ ਦੇਖੋ ਪੋਰਟੂਗੀਜ਼ ਭਾਰਤ ਦੇ ਵਿੱਚ 1498 ਦੇ ਵਿੱਚ ਆਉਂਦੇ ਨੇ ਜਿਹੜੇ ਫਰਸਟ ਵਾਇਸ ਰਾਇ ਹੁੰਦੇ ਨੇ ਫਰਾਂਸਿਸਕੋ ਡੀ ਐਲਮੇਦਾ ਹੁੰਦੇ ਨੇ ਸੈਕੰਡਰੀ ਐਲਬਿਕੀਰੋ ਹੁੰਦੇ ਨੇ ਪੋਰਟੂਗੀਜ਼ ਦੁਆਰਾ ਜਿਹੜਾ ਹੈ ਬਲੂ ਵਾਟਰ ਪਾਲਿਸੀ ਵੀ ਲੈ ਕੇ ਆਈ ਜਾਂਦੀ ਹੈ ਇਹ ਵੀ ਤੁਹਾਨੂੰ ਯਾਦ ਰੱਖਣਾ ਹੈ ਤੇ ਐਲਬਿਕੀਰੋ ਦੇ ਕਾਰਨ ਹੀ ਸਭ ਤੋਂ ਜ਼ਿਆਦਾ ਪੋਰਟੂਗੀਜ਼ ਜਿਹੜੇ ਹੈ ਉਹ ਭਾਰਤ ਦੇ ਵਿੱਚ ਸਟੈਬਲਿਸ਼ ਹੁੰਦੇ ਕਿਉਂਕਿ 1510 ਦੇ ਵਿੱਚ ਇੱਕ ਕੈਪੀਟਲ ਬਣਾ ਦਿੰਦਾ ਹੈ ਪੋਰਟੂਗੀਜ਼ ਜਿਹੜੇ ਹੁੰਦੇ ਨੇ ਪ੍ਰਿੰਟਿੰਗ ਪ੍ਰ ਉਗੇ ਨੈਕਸਟ ਕੁਐਸਚਨ ਹੁੰਦਾ ਕੁਝ ਇਸ ਤਰੀਕੇ ਨਾਲ ਇਹ ਪੋਚੀਗਿਸ ਜਿਹੜਾ ਫ੍ਰਾਂਸਿਸਕੋ ਡੀ ਐਲ ਮੇਟਾ ਜਿਹੜਾ ਹੈ ਉਹ ਤੁਹਾਡੇ ਦਿਖਦੇ ਹਨ ਵੈਨ ਵਾਸ ਦਾ 올 ਇੰਡੀਆ ਊਮਨ ਕਾਨਫਰੈਂਸ ਜਿਹੜੀ ਹੈ ਇਹਨੂੰ ਫਾਊਂਡ ਕੀਤਾ ਗਿਆ 1924 ਦੇ ਵਿੱਚ ਬੱਚਾ 1925 ਦੇ ਵਿੱਚ 1926 ਜਾਂ 1927 ਕੀ ਆਨਸਰ ਆਏਗਾ 올 ਇੰਡੀਆ ਊਮਨ ਕਾਨਫਰੈਂਸ ਨੂੰ ਕਦੋਂ ਜਿਹੜਾ ਹੈ ਫਾਊਂਡਡ ਕੀਤਾ ਗਿਆ ਅਗੇਨ ਆ ਵੈਰੀ ਇੰਪੋਰਟੈਂਟ ਕੁਐਸਚਨ 올 ਇੰਡੀਆ ਊਮਨ ਕਾਨਫਰੈਂਸ ਨੂੰ ਹਾਂ that is funny ਬਟ ਕੀ ਕਰ ਸਕਦੇ ਆ ਇਹਨੂੰ ਫਾਊਂਡ ਕੀਤਾ ਗਿਆ 1927 ਦੇ ਵਿੱਚ ਜਦੋਂ ਸਾਈਮਨ ਕਮਿਸ਼ਨ ਜਿਹੜੀ ਹੈ ਫਾਰਮਡ ਹੋਈ ਸੀ ਆਨਸਰ ਜਿਹੜਾ ਹੈ ਬੱਚਾ ਇੱਥੇ ਆਏਗਾ 4th 올 ਇੰਡੀਆ ਊਮਨ ਕਾਨਫਰੰਸ ਜਿਹੜੀ ਹੈ 1927 ਦੇ ਵਿੱਚ ਫਾਰਮਡ ਹੁੰਦੀ ਹੈ ਇਸ ਨੂੰ ਕੀ ਕੀਤਾ ਜਾਂਦਾ ਹੈ ਕਿ ਜਿਹੜੀ ਊਮਨਸ ਹੁੰਦੀ ਹੈ ਉਹਨਾਂ ਨੂੰ ਅਪਲਿਫਮੈਂਟ ਦੇਣ ਲਈ ਬੈਟਰਮੈਂਟ ਦੇਣ ਲਈ ਇਹਨੂੰ ਅੱਗੇ ਲੈ ਕੇ ਜਾਇਆ ਜਾਂਦਾ ਹੈ ਇਹਨਾਂ ਦੀ ਫਾਊਂਡਿੰਗ ਮੈਂਬਰ ਸੀਗੀ ਮਹਾਰਾਣੀ ਚਿਮ ਚਿਮਨਾਬਾਈ ਠੀਕ ਹੈ ਰਾਣੀ ਸਾਹੀਬਾ ਆਫ ਸੰਗੀਲੀ ਸਰੋਜੀ ਨੇੜੂ ਕਮਲਾਦੇਵੀ ਲੇਡੀ ਦਾਰੋਪਟਾਟਾ ਇਹ ਸਾਰੇ ਪਸੰਦ ਸੀਗੇ ਪਹਿਲੀ ਵਾਰੇ ਮਿਲਤ ਕਰਦੇ ਹੈਗੇ ਨੇ ਫਰਗੂਸ ਕਾਲਜ ਦੇ ਵਿੱਚ ਜੋ ਕਿ ਪੂਨੇ ਦੇ ਵਿੱਚ ਹੁੰਦਾ ਫਿਰ ਇਹ ਬਣਾਇਆ ਜਾਂਦਾ ਇਹਦੇ ਵਿੱਚ ਬਹੁਤ ਸਾਰੇ ਐਕਟ ਵੀ ਪਾਸ ਕੀਤੇ ਗਏ ਜਿਵੇਂ ਸ਼ਾਰਦਾ ਐਕਟ ਹੋ ਗਿਆ Hindu Women Right Property Act ਹੋ ਗਿਆ Factory Act ਹੋ ਗਿਆ Women's related ਇਹ ਕੰਮ ਕਰਦੀ ਸੀਗੀ ਸਾਇਿਆਂ ਨੂੰ 올 ਇੰਡੀਆ ਔਮਨ ਕਾਨਫਰੈਂਸ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਕੁਕਾ ਮੂਵਮੈਂਟ ਜਿਹੜਾ ਹੈ ਮਿਡ 19 ਦੇ ਵਿੱਚ ਸਟਾਰਟ ਹੋਇਆ ਸੀਗਾ ਇਹ ਤੁਹਾਨੂੰ ਦੱਸਣਾ ਕਿੱਥੇ? ਵੈਸਟਰਨ ਪੰਜਾਬ ਦੇ ਵਿੱਚ, ਮਹਾਰਾਸ਼ਟra ਦੇ ਵਿੱਚ, ਬੰਗਾਲ ਦੇ ਵਿੱਚ ਜਾਂ ਮੱਧ ਭਾਰਤ ਦੇ ਵਿੱਚ। ਹਾਂਜੀ। ਬਤਕ ਕੁਕਾ ਮੂਵਮੈਂਟ ਸਟਾਰਟਡ ਇਨ ਮਿਡ 19 ਸੈਂਚਰੀ ਕਿੱਥੇ? ਵੈਸਟਰਨ ਪੰਜਾਬ, ਮਹਾਰਾਸ਼ਟra, ਬੰਗਾਲ ਜਾਂ ਮੱਧ ਭਾਰਤ। ਬਿਲਕੁਲ। ਹਾਂਜੀ ਹਜੇ ਤੱਕ ਸੈਸ਼ਨ ਲਾਈਕ ਨਹੀਂ ਕਰਦਿਆਂ ਸੈਸ਼ਨ ਨੂੰ ਲਾਈਕ ਕਰ ਦਿਓ। ਕੀ ਆਨਸਰ ਆਏਗਾ ਬੱਚਾ ਇਹਦਾ ਵੈਸਟਰਨ ਪੰਜਾਬ ਦੇ ਵਿੱਚ ਨਾਮਧਾਰੀ ਇਹਨੂੰ ਕਿਹਾ ਜਾਂਦਾ ਹੈ ਨਾਮਧਾਰੀ ਜਾਂ ਕੋਕਾ ਮੂਵਮੈਂਟ ਕਿਹਾ ਜਾਂਦਾ ਹੈ ਇਹਦਾ ਜਿਹੜਾ origional ਹੈ ਸਿੱਖ ਕਿੰਗਡਮ ਦੇ ਕੋਲ ਹੁੰਦਾ ਹੈ ਬਿਲਕੁਲ ਆਨਸਰ will be right answer ਬੱਚਾ ਇਹ ਕਲਾਸ ਦੇ ਰਹੀ ਹੈ 1 pm ਤੇ ਲੱਗਦੀ ਹੈ 1 pm ਡੇਲੀ ਤੁਹਾਨੂੰ ਦੇਖਣ ਨੂੰ ਮਿਲੇਗੀ ਵੈਸਟਰਨ ਪੰਜਾਬ will be the right answer ਫਸਟ will be the right answer ਓਕੇ ਮਹਾਤਮਾ ਗਾਂਧੀ ਜੀ ਨੇ ਰਿਮਾਰਕ ਕੀਤਾ ਸੀਗਾ ਇੱਕ ਪੋਸਟ ਡੇਟਿਡ ਚੈੱਕ ਯੂ ਔਨ ਅ ਕਰੰਬਲਿੰਗ ਬੈਂਕ ਇਹ ਕਿਹੜੇ ਪ੍ਰੋਪੋਜ਼ਲ ਨੂੰ ਕਿਹਾ ਸੀਗਾ ਸੌਰੀ ਮਹਾਤਮਾ ਗਾਂਧੀ ਜੀ ਰਿਹਾ ਮਹਾਕਾਪ ਪੋਸ ਡੇਟਿਡ ਚੈੱਕ ਕਿਉਂ ਆਨ ਅ ਕ੍ਰੰਬਲਿੰਗ ਬੈਂਕ ਅ ਬੱਚਾ ਸ਼ੁਭਮ ਮੋਦੇਲੀ ਤੁਹਾਨੂੰ 5000 ਸੀਰੀਜ਼ ਲਈ ਜਿਹੜੀ ਹੈ ਤੁਹਾਨੂੰ ਥੋੜਾ ਜਿਹਾ ਵੇਟ ਕਰਨਾ ਪਏਗਾ ਮੈਨੂੰ ਉਹਨੂੰ ਐਡਿਟ ਕਰਨੇ ਪੈਣਗੇ ਅਗਰ ਤੁਸੀਂ ਪੀਡੀਐਫ ਦੇ ਵਿੱਚ ਆਨਸਰ ਵੀ ਚਾਹੁੰਦੇ ਹੋ ਪਲੀਜ਼ ਆਪਣੇ ਨੋਟਸ ਨਾਲ ਦੀ ਨਾਲ ਬਣਾਇਆ ਕਰੋ ਠੀਕ ਹੈ ਨੋਟਸ ਨਾਲ ਦੀ ਨਾਲ ਬਣਾਈਓ ਕਿਉਂਕਿ ਆਨਸਰਸ ਮੈਂ ਉਹਦੇ ਵਿੱਚ ਨਹੀਂ ਦਵਾਂਗੀ ਸਿਰਫ ਕੁਐਸਚਨ ਹੀ ਦਵਾਂਗੀ ਮਹਾਤਮਾ ਗਾਂਧੀ ਰਿਮਾਰਕ ਆ ਪੋਸਟ ਡੇਟਿਡ ਚੈੱਕ ਯੋਨ ਕ੍ਰੰਬਲਿੰਗ ਬੈਂਕ ਇਜ਼ ਰਿਗਾਰਡਡ ਦਾ ਪ੍ਰੋਪੋਜ਼ਲ ਆਫ ਇਹਨੂੰ ਆਪਾਂ ਕੀ ਕਹਿੰਦੇ ਆ ਕ੍ਰਿਪਸ ਮਿਸ਼ਨ ਨੂੰ ਕਿਹਾ ਗਿਆ ਸੀਗਾ ਕ੍ਰਿਪਸ ਮਿਸ਼ਨ ਭਾਰਤ ਦੇ ਵਿੱਚ ਕਦੋਂ ਆਇਆ ਸੀ ਬੱਚਾ 1942 ਚ ਵਿੱਚ ਆਇਆ ਸੀ ਸਰ ਸਟੈਫਰਡ ਕ੍ਰਿਪ ਇਹਦੇ ਚੇਅਰਮੈਨ ਸੀਗੇ ਤੇ ਇਹਨੂੰ ਮਹਾਤਮਾ ਗਾਂਧੀ ਜੀ ਨੇ ਇਦਾਂ ਕਿਹਾ ਸੀਗਾ ਕਿ ਬਈ ਇਹ ਪੋਸਟ ਡੇਟਿਡ ਚੈੱਕ ਕਿਉ ਹੈ ਕ੍ਰੰਬਲਿੰਗ ਬੈਂਕ ਦੇ ਉਹ ਅੰਡਰ ਹੂਜ਼ ਲੀਡਰਸ਼ਿਪ ਜਿਹੜੀ ਹੈ ਕਾਂਗਰਸ ਸੋਸ਼ਲਿਸਟ ਪਾਰਟੀ ਜਿਹੜੀ ਹੈ ਫਾਊਂਡ ਕੀਤੀ ਗਈ 1934 ਦੇ ਵਿੱਚ ਜਵਾਲਾ ਲਹਿਰੂ ਮਹਾਤਮਾ ਗਾਂਧੀ ਆਚਾਰਿਆ ਨਰਿੰਦਰ ਦੇਵ ਐਂਡ ਜੈ ਪ੍ਰਕਾਸ਼ ਨਰਾਇਣ ਹਾਂਜੀ ਕਿਸ ਦੇ ਉੱਤੇ ਇੱਕ ਹੋਰ ਚੀਜ਼ ਹੈ ਬੱਚਾ ਅਗਰ ਤੁਹਾਨੂੰ ਮੇਰੀ ਕਲਾਸਿਸ ਅੱਛੀ ਲੱਗਦੇ ਆ ਐਦਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਮੇਰੇ ਨਾਲ ਜਿਹੜੀ ਹੈ ਜੀਐਸ ਐਂਡ ਜੀਕੇ ਕਰਨੀ ਹੈ ਤੁਸੀਂ ਮੇਰੇ ਨਾਲ ਜਿਹੜੀ ਹੈ ਪੀਪੀਐਸਸੀ ਦੀ ਪੂਰੀ ਫੁੱਲ ਐਂਡ ਫਲੈਜ ਜੀਐਸ ਐਂਡ ਜੀਕੇ ਕਰ ਸਕਦੇ ਹੋ ਜਿਹਦੇ ਵਿੱਚ ਮੈਂ ਮਾਡਰਨ ਹਿਸਟਰੀ ਪੜਾ ਰਹੀ ਹਾਂ ਫਤਿਹ ਸਰ ਤੁਹਾਡੀ ਪੋਲਿਟੀ ਪੜਾ ਰਹੇ এনवायरमेंट ਮੈਂ ਪੜਾ ਰਹੀ ਹਾਂ ਮੁਸਕਾਨ ਮੈਮ ਤੁਹਾਡੀ ਸਾਇੰਸ ਪੜਾ ਰਹੇ ਕਰੰਟ ਅਫੇਅਰਸ ਪੜਾ ਰਹੇ ਇਹ ਕੋਰਸ ਕਾਫੀ ਅੱਛਾ ਕੋਰਸ ਹੈ ਇਹ ਤੁਹਾਨੂੰ ਸਿਰਫ 919 ਰੁਪਏ ਦਾ ਪਏਗਾ ਯੂ ਕੈਨ ਯੂਜ਼ ਦਾ ਕੋਡ YAT77 ਫੋਰ ਪਰਚੇਜ਼ਿੰਗ ਥਿਸ ਕੋਰਸ ਅਗਰ ਤੁਸੀਂ ਇਹਦਾ ਗੱਲ ਚਾਹਨੇ ਹੋ ਕਿ ਤੁਸੀਂ ਸਾਰੇ ਕੋਰਸਸ ਦੇਖ ਪਾਓ ਅੱਗੇ ਦੇ ਆਉਣ ਵਾਲੇ ਕ੍ਰੈਸ਼ ਕੋਰਸ ਤਾਂ ਤੁਸੀਂ ਮਹਾ ਪੈਕ ਦੇ ਹੋਰ ਵੀ ਜਾ ਸਕਦੇ ਹੋ ਜੋ ਤੁਹਾਨੂੰ 3200 ਰੁਪਏ ਦਾ ਪਏਗਾ ਜਿੱਥੇ ਸਾਰੇ ਕੋਰਸਸ ਇਨਕਲੂਡ ਹੈ ਠੀਕ ਹੈ ਅ ਕਵੈਸਚਨ ਆਂਦਾ ਹੈ ਕਿ ਕਿਹੜੀ ਲੀਡਰਸ਼ਿਪ ਦੇ ਵਿੱਚ ਸੋਸ਼ਲਿਸਟ ਪਾਰਟੀ ਨੂੰ ਫਾਊਂਡ ਕੀਤਾ ਗਿਆ ਆਂਸਰ ਵਿਲ ਬੀ ਬੱਚਾ ਦੱਸੋ ਕੀ ਆਏਗਾ A ਵਿਲ ਬੀ ਦਾ ਰਾਈਟ ਆਂਸਰ ਜੋ ਆਲਣਾ ਲੈਣੂ ਨਹੀਂ ਬੱਚਾ A ਆਂਸਰ ਨਹੀਂ ਹੋਏਗਾ ਆਚਾਰੀਏ ਨਰਿੰਦਰ ਦੇਵ ਜੈ ਪ੍ਰਕਾਸ਼ ਨਰਾਇਣ ਇਹ ਦੋ ਪਰਸਨ ਸੀਗੇ ਜਿਨ੍ਹਾਂ ਦੀ ਲੀਡਰਸ਼ਿਪ ਦੇ ਅੰਡਰ ਜਿਹੜਾ ਸੋਸ਼ਲਿਸਟ ਪਾਰਟੀ ਨੂੰ 1934 ਦੇ ਵਿੱਚ ਫਾਊਂਡ ਕੀਤਾ ਗਿਆ ਇਹ ਤੁਹਾਨੂੰ ਯਾਦ ਰੱਖਣਾ ਹੈ ਕਦੋਂ ਫਾਊਂਡ ਕੀਤਾ ਗਿਆ ਇਹ ਵੀ ਕਵੈਸਚਨ ਤੁਹਾਡੇ ਐਗਜ਼ਾਮ ਦੇ ਵਿੱਚ ਬਨ ਸਕਦਾ ਹੈਗਾ 1934 ਅਗਲਾ ਕੁਸ਼ਨ ਬੱਚਾ ਆਉਂਦਾ ਹੈ ਵਿਚ ਵਨ ਆਫ ਦਾ ਫੋਲੋਇੰਗ ਇਸ ਇਨਕਰੈਕਟਲੀ ਮੈਚ ਇਹਨਾਂ ਵਿੱਚੋਂ ਕਿਹੜਾ ਹੈ ਇਨਕਰੈਕਟਲੀ ਜੋ ਮੈਚਡ ਹੈਗਾ ਯਾਨੀ ਕਿ ਉਹਨਾਂ ਦਾ ਈਅਰ ਦੱਸਿਆ ਗਿਆ ਹੈ ਇਹ ਤੁਹਾਨੂੰ ਦੱਸਣਾ ਹੈ ਇੱਥੇ ਬਾਬਰ ਆਏਗਾ ਠੀਕ ਹੈ ਇੱਥੇ ਆਪਸ਼ਨ ਗਲਤ ਦਿੱਤਾ ਗਿਆ ਇਹ ਬਾਬਰ ਹੈ ਕਹਿੰਦਾ ਬਾਬਰ ਜਿਹੜਾ 1530 ਦੇ ਵਿੱਚ ਆਇਆ ਸੀਗਾ ਠੀਕ ਹੈ ਜਾਂ ਬਾਬਲੋ ਹੋਊਗਾ ਨਹੀਂ ਬਾਬਰ ਨਹੀਂ ਆਏਗਾ ਇੱਥੇ ਇਥੇ ਬਾਬਲੋ ਇਹਨਾਂ ਪੂਰਾ ਨਾਮ ਨਹੀਂ ਲਿਖਿਆ ਹੋਇਆ ਤਾਂ ਹੀ ਮੈਂ ਕਨਫਿਊਜ਼ ਹੋ ਗਈ ਕਿ ਕ ਨਾਮ ਹੈ ਵਾਸਕੋ ਨੂਨਸ ਬਾਬਲੋ ਇਹ 1530 ਦੇ ਵਿੱਚ ਨਹੀਂ ਆਇਆ ਸੀਗਾ ਇਹ 1513 ਦੇ ਵਿੱਚ ਆਇਆ ਸੀ ਤਾਂ ਵੀ ਇਹ ਗਲਤ ਆ ਜਾਂਦਾ ਬਾਬਰ ਵੀ ਹੁੰਦਾ ਤਾਂ ਵੀ ਇਹ ਗਲਤ ਆ ਜਾਂਦਾ ਕਿਉਂਕਿ ਬਾਬਰ ਜਿਹੜਾ ਹੈਗਾ ਵਾ ਉਹ 1525 ਦੇ ਵਿੱਚ ਆ ਜਾਂਦਾ ਹੈਗਾ ਠੀਕ ਹੈ ਬਾਬਲੋ ਵੀ ਇੱਕ ਹੈਗਾ ਵਾਸਕੋ ਨਿਉਨਜ਼ ਇਹ ਲਿਖਤਾ ਹੋਣਾ ਸ਼ਾਇਦ ਨੇ ਹਾਂ ਬਾਬਲੋ ਬਾਰੇ ਲਿਖਿਆ ਬਟ ਬਾਬਰ ਵੀ ਸਾਮੀ ਗਲਤ ਹੋਣਾ ਸੀ ਬਾਬਰ ਹੁੰਦਾ ਤੇ ਵੈਨ ਡਿਡ ਦਾ ਬ੍ਰਿਟਿਸ਼ ਮੇਕ ਇੰਗਲਿਸ਼ ਮੀਡੀਅਮ ਇਨਸਟਰਕਸ਼ਨ ਇਨ ਇੰਡੀਆ ਬ੍ਰਿਟਿਸ਼ਰਸ ਨੇ ਕਾਦ ਗਿਆ ਕਿ ਬਈ ਇੰਗਲਿਸ਼ ਜਿਹੜਾ ਹੈ ਹੁਣ ਮੀਡੀਅਮ ਆਫ ਇਨਸਟਰਕਸ਼ਨ ਰਹਿਣਗੇ ਭਾਰਤ ਦੇ ਵਿੱਚ ਅਗੇਨ ਆ ਵੈਰੀ ਇੰਪੋਰਟੈਂਟ ਕੁਐਸਚਨ 1813 ਦੇ ਵਿੱਚ ਇਹ ਗੱਲ ਕਹੀ ਹੈ 1833 ਦੇ ਵਿੱਚ 1835 ਜਾਂ 1844 ਦੇ ਵਿੱਚ ਵੈਨ ਵਨ ਆਫ ਵੈਨ ਵੈਨ ਡਿਡ ਦਾ ਬ੍ਰਿਟਿਸ਼ ਮੇਕ ਇੰਗਲਿਸ਼ ਦਾ ਮੀਡੀਅਮ ਆਫ ਇਨਸਟਰਕਸ਼ਨ ਇਨ ਇੰਡੀਆ ਅੰਗਰੇਜ਼ਾਂ ਨੇ ਭਾਰਤ ਦੇ ਵਿੱਚ ਅੰਗਰੇਜ਼ੀ ਨੂੰ ਸਿੱਖਿਆ ਦਾ ਮਾਧਿਅਮ ਕਦੋਂ ਬਣਾਇਆ ਮਨੂ ਪਲੀਜ਼ ਉਹਨਾਂ ਨੂੰ ਮੇਲ ਕਰਕੇ ਕਹਿ ਦਿਓ ਇੱਕ ਵਾਰ ਅਗਰ ਗਲਤ ਹੋ ਗਿਆ ਮੇਲ ਕਰ ਦੋਗੇ ਥੋੜਾ ਜਾ ਉਹਨਾਂ ਨੂੰ ਲਿਖ ਦਿਓ ਤੇ ਅਗਰ ਡੇਟ ਅ ਡਿਗਰੀ ਦੀ ਗਲਤ ਹੋ ਗਈ ਹੈ ਤੇ ਨਹੀਂ ਤਾਂ ਡੀਵੀ ਦੇ ਟਾਈਮ ਤੁਸੀਂ ਪ੍ਰੂਫ ਕਰ ਸਕਦੇ ਹੋ ਏਰੀਨ 35 ਵੀ ਵੈਸੇ ਡੀਵੀ ਦੇ ਟਾਈਮ ਨਾ ਕਰਿਓ ਮੇਲ ਕਰ ਦਿਓ 1835 ਦੇ ਵਿੱਚ ਹੋਇਆ ਸੀਗਾ ਬੱਚਾ ਮੈਕਕਲੇ ਦੇ ਦੁਆਰਾ ਜਿਹੜਾ ਇੰਟਰੋਡਿਊਸ ਕੀਤਾ ਗਿਆ ਸੀ 1835 ਦੇ ਵਿੱਚ ਮੈਕਕਲੇ ਮਿਲਟ ਜਿਹੜਾ ਹੈ ਫਾਰਮਡ ਹੋਇਆ ਸੀਗਾ ਮੈਕਕਲੇ ਮਿਲਟ ਜਿਹੜਾ ਸੀ ਇਹਨੇ ਕਿਹਾ ਸੀ ਕਿ ਭਾਰਤ ਦੇ ਵਿੱਚ ਮਤਲਬ ਜਿੰਨੇ ਵੀ ਹੁਣ ਆਪਾਂ ਸਿਖਾਵਾਂਗੇ ਅੰਗਰੇਜ਼ੀ ਦੇ ਵਿੱਚ ਸਿਖਾਵਾਂਗੇ ਤਾਂ ਕਿ ਕਲਰਕ ਵਗੈਰਾ ਬਣ ਸਕਣ ਮੇਰੇ ਲਈ ਸਾਡੀ ਉਹ ਕਮਿਊਨੀਕੇਸ਼ਨ ਸਕਿੱਲ ਨੂੰ ਤੋੜਨਾ ਚਾਹੁੰਦੇ ਸੀਗੇ ਤਾਂ ਹੀ ਕਰਕੇ ਉਹਦਾ ਲੈ ਕੇ ਆਏ ਸੀ ਕਹਿੰਦਾ ਡੂਰਿੰਗ ਹੂਜ਼ ਵਾਈਸਰਾਇ ਪ੍ਰਿਸ਼ਪ ਡਿਡ ਦਾ ਹਾਈ ਕੋਰਟ ਕਮ ਇਨਟੂ ਐਗਜ਼ਿਸਟੈਂਸ ਆਟ ਦਾ 3 ਪ੍ਰੈਜ਼ੀਡੈਂਸ਼ੀਅਲ ਸਿਟੀਜ਼ ਆਫ ਕਲਕੱਤਾ ਐਂਡ ਮਦਰਾਸ ਬਚਾ ਬਸ ਇੱਕ ਕੁਐਸਚਨ ਲਾਸਟ ਹੈਗਾ ਹਾਂਜੀ ਮੈਨੂੰ ਇੱਕ ਗੱਲ ਦੱਸੋ ਅੱਜ ਦਾ ਸੈਸ਼ਨ ਤੁਹਾਨੂੰ ਕਿੱਦਾਂ ਦਾ ਲੱਗਿਆ ਬਹੁਤ سارے ਮੈਂ ਕੁਐਸਚਨਸ ਕਰਵਾਏ 1000 ਸੀਰੀਜ਼ ਹੈ ਇਹ ਜਿਹਦੇ ਵਿੱਚ ਮੈਂ ਫਰੀडम ਸਟਰਗਲ ਦੇ ਕੁਐਸਚਨਸ ਕਰਵਾ ਰਹੀ ਹਾਂ ਆਈ ਊਡ ਲਾਈਕ ਪੀਪਲ ਸੀ ਤੁਸੀਂ ਇਸ ਲੈਕਚਰ ਨੂੰ ਲਾਈਕ ਕਰਨਾ ਹੈ ਤੁਸੀਂ ਜਿੰਨਾ ਸ਼ੇਅਰ ਕਰ ਸਕਦੇ ਇਸ ਲੈਕਚਰ ਨੂੰ ਸ਼ੇਅਰ ਕਰਨਾ ਨਾਲ ਦੀ ਨਾਲ ਅੱਜ ਦਾ ਮੇਰਾ ਇੱਕ ਸੈਸ਼ਨ ਦੇਖਣਾ ਜ ਜਿਹਨੂੰ ਮੈਂ ਕਹਿੰਦੀ ਆ ਪੀਪੀਐਸਸੀ ਦੀ ਕੋਆਪਰੇਟਿਵ ਇਨਸਪੈਕਟਰ ਦੀ 45 ਡੇ ਸਟ੍ਰੈਟਜੀ ਠੀਕ ਹੈ ਅਗਰ ਤੁਸੀਂ ਜਾਣਨਾ ਹੋ ਇਦਾਂ ਇਸ ਹੋਰ ਬਹੁਤ ਅੱچھے ਸੈਸ਼ਨਸ ਆਨ ਲਾਰਡ ਲਾਰੈਂਸ ਜான் ਲਾਰੈਂਸ ਤੁਸੀਂ ਇਹ ਸੈਸ਼ਨਸ ਨੂੰ ਲਾਈਵ ਵੀ ਦੇਖ ਸਕਦੇ ਹੋ ਟਾਈਮ ਨਹੀਂ ਮਿਲਦਾ ਤਾਂ ਤੁਸੀਂ ਰਿਕਾਰਡਡ ਵੀ ਦੇਖ ਸਕਦੇ ਹੋ ਠੀਕ ਹੈ ਆਈ ਹੋਪ ਤੁਹਾਨੂੰ ਅੱਜ ਦਾ ਜਿਹੜਾ ਹੈ ਆਂਸਰ ਲੱਗਿਆ ਹੋਵੇ ਬੱਚਾ ਕੀ ਕਹਿਨੇ ਪਿਓ ਸਹੀ ਹੈ ਜான் ਲਾਰੈਂਸ will be the right answer ਕਿਸ ਚੀਜ਼ ਲਈ ਕਹਿ ਰਹੇ ਹੋ ਹਾਈ ਕੋਰਟਸ ਕੀ ਹੈ ਲੋਰੈਂਸ ਆਇਗਾ ਹਾਈ ਕੋਰਟਸ ਕਦੋਂ ਆਈਆਂ ਸੀਗੇ 1864 ਤੋਂ ਲੈ ਕੇ ਆ ਤੁਹਾਡਾ 1869 ਮਨੂ ਜਿੱਥੇ ਉਹਨਾਂ ਦੀ ਮੇਲ ਆਈਡੀ ਹੁੰਦੀ ਹੈ ਜਿਹਦਾ ਵੀ ਪੇਪਰ ਆ ਰਿਹਾ ਹੁੰਦਾ ਨਾ ਉਹਨਾਂ ਦੇ ਟਾਈਮ ਤੇ ਨਹੀਂ ਬਚਾਇ ਸੈਕਿੰਡ ਸੈਸ਼ਨ ਸੀਗਾ ਥਿਸ ਵਾਸ ਵਿਚ ਅ ਸੈਕਿੰਡ ਸੈਸ਼ਨ ਇੱਕ ਹੋਰ ਚੀਜ਼ ਹੈ ਅਗਰ ਤੁਸੀਂ 5000 ਕੁਐਸ਼ਨਸ ਕਰਨਾ ਚਾਹੁੰਦੇ ਹੋ 5000 ਕੁਐਸ਼ਨ ਪੀ ਟ੍ਰਿਪਲ ਐਸ ਵੀ ਦੇ ਆਉਣ ਵਾਲੇ ਐਗਜ਼ਾਮਸ ਲਈ ਤਾਂ ਤੁਸੀਂ 3 ਵਜੇ ਦਾ ਸੈਸ਼ਨ ਲੈ ਸਕਦੇ ਹੋ ਉਹ ਵੀ ਸੈਸ਼ਨ ਕਾਫੀ ਅੱਛਾ ਸੈਸ਼ਨ ਹੈਗਾ ਇਹ ਸੈਸ਼ਨ ਜਿਹੜਾ ਸੀ ਸੈਕੰਡ ਸੈਸ਼ਨ ਹੈ ਇੰਡੀਅਨ ਫਰੀडम ਸਟਰਗਲ ਦੇ ਉੱਪਰ ਮੈਂ ਬਹੁਤ ਸਾਰੇ ਕੁਐਸਚਨ ਦੇ ਵਿੱਚ ਕਰਾ ਰਹੀਆਂ ਤੁਹਾਨੂੰ ਤੁਹਾਨੂੰ ਮੈਜੋਰਿਟੀ ਐਗਜ਼ਾਮ ਦੇ ਵਿੱਚ ਕਾਫੀ ਕੁਐਸਚਨਸ ਇਹਦੇ ਵਿੱਚੋਂ ਹੀ ਮਿਲ ਜਾਣਗੇ 1000 एमसीक्यूज फॉर पीपीएससी एंड पी ट्रिपल एसबी मेरे द्वारा प्रेजेंटेड है मेरा नाम है अशिका टंडन आई होप ਤੁਹਾਨੂੰ ਅੱਜ ਦਾ ਲੈਕਚਰ ਵਧੀਆ ਲੱਗਿਆ ਹੋਇਆ ਐਫਰਟਸ ਵਧੀਆ ਲੱਗੇ ਹੋਣ अगेन पीपीएससी ਕੋਆਪਰੇਟਿਵ ਇਨਸਪੈਕਟਰ ਦੀ 45 ਡੇ ਸਟੱਡੀ ਸੀ ਦੇਖੋ ਅਗਰ ਤੁਹਾਨੂੰ ਇਹਦਾ ਲੱਗਦਾ ਹੈ ਕਿ ਤੁਸੀਂ ਸਾਡੇ ਨਾਲ ਪ੍ਰਪੇਅਰ ਕਰਨਾ ਚਾਹੁੰਦੇ ਹੋ ਯੂ ਕੈਨ ਇਨਰੋਲ ਵਿਦ ਅ ਪੰਜਾਬ ਦਾ ਮਹਾ ਪੈਕ ਜਿਹਦੇ ਵਿੱਚ ਸਾਰੇ ਕੋਰਸਸ ਤੁਹਾਡੇ ਇਨਕਲੂਡ ਹੈ ਜਿੰਨੇ ਵੀ ਇਹ ਕੋਰਸਸ ਮੈਂ ਤੁਹਾਨੂੰ ਦਿਖਾ ਰਹੀ ਹਾਂ ਈ ਟੈਸਟ ਸੀਰੀਜ਼ ਤੋਂ ਲੈ ਕੇ ਈ ਬੁੱਕਸ ਤੱਕ ਇਹ ਤੁਹਾਨੂੰ 3200 ਰੁਪਏ ਦਾ ਪੈਂਦਾ ਹੈ ਸਾਲ ਦੀ ਸਬਸਕ੍ਰਿਪਸ਼ਨ ਹੁੰਦੀ ਹੈ ਇਹਦੇ ਵਿੱਚ ਤੁਸੀਂ ਆਉਣ ਵਾਲੇ ਸਾਰੇ ਐਗਜ਼ਾਮ ਦੀ ਤਿਆਰੀ होसम टीचर्स awesome है जो तुम तो पढ़ाते हैं डिस्काउंट लाई है, है इस्तेमाल कर सकते हो कव कवर रावत हजे मैं पी डी एफ एड्डी प्रोवाइड नहीं कर रही हूँ क्योंकि सैशन लैंने इंपोर्टेंट है बहुत सारी चीजा मैं दस दूँ बच्चे पी डी एफ लैके पढ़ते नहीं है पी डी एफ हजे नहीं प्रोवाइड की जाए वाई ए टी सैवन कोड लगाओगे तो बत्ती सौ रुपए का पेगा थैंक यू वेरी मच गाइज हैव अ ग्रेट डे आई एम कलोजिंग द सैशन नाउ ओके बच्चा करना है हरलीन कॉल इकोनमिक सर्वे क्योंकि इकोनॉमिक बन सकते हैं